ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਣਦੀਪ, ਤੁਸੀਂ ਦੇਖ ਰਹੇ ਹੋ ਸਤਿ ਸ਼੍ਰੀ ਅਕਾਲ ਮੀ, ਤੁਹਾਡਾ ਆਪਣਾ ਪੰਜਾਬੀ ਗਨ ਚੈਨਲ। ਟਾਈਟਲ ਤੋਂ ਤਾਂ ਤੁਹਾਨੂੰ ਪਤਾ ਲੱਗ ਗਿਆ ਮੈਂ ਕਾਹਦੀ ਗੱਲ ਕਰਨ ਡਿਆ, ਪਰ ਜੀ ਅੱਜ ਆਪਾਂ ਦੇਖਾਂਗੇ ਮੇਰੀ ਕਲੈਕਸ਼ਨ 'ਚੋਂ ਥੋੜ੍ਹੇ ਜਿਹੇ ਰਿਵੋਲਵਰਸ, ਹੈ ਨਾ। ਮੇਰੇ ਕੋਲ ਛੋਟੇ ਮੋਟੇ ਵੀ ਹੈਗੇ ਆ ਅਤੇ ਮੇਰੇ ਕੋਲ ਵੱਡੇ ਮੋਟੇ ਵੀ ਹੈਗੇ ਆ। ਇਸ ਵੀਡੀਓ ਦੇ ਵਿੱਚ ਜਿੰਨੇ ਵੀ ਤੁਸੀਂ ਰਿਵੋਲਵਰਸ ਦੇਖੋਗੇ ਮੈਂ ਸਾਰੇ ਆਲਰੇਡੀ ਕਲੀਅਰ ਕੀਤੇ ਆ, ਹੈ ਨਾ। ਜਦੋਂ ਤੁਸੀਂ ਇਹਨਾਂ ਨੂੰ ਕਲੀਅਰ ਕਰਨਾ ਮੈਂ ਤੁਹਾਨੂੰ ਦਿਖਾਊਂਗਾ ਕਿੱਦਾਂ ਕਰਨਾ। ਤੁਸੀਂ ਇਹਨਾਂ ਦੇ ਸਿਰਫ ਸਿਲੰਡਰ ਨੂੰ ਦੇਖਣਾ, ਹੈ ਨਾ, ਕਿਉਂਕਿ ਇਹਦੀ ਬੈਰਲ ਦੇ ਵਿੱਚ ਗੋਲੀ ਜਾਣੀ ਨਹੀਂ, ਆਪਣੀ ਗੋਲੀ ਇੱਥੇ ਪਿੱਛੇ ਬਹਿੰਦੀ ਆ। ਸੋ ਤੁਸੀਂ ਸਿਲੰਡਰ ਨੂੰ ਦੇਖਣਾ। ਸ਼ੁਰੂਆਤ ਮੈਂ ਕਰਦਾ ਤੁਹਾਨੂੰ ਇਹਦੇ ਪਾਰਟਸ ਬਾਰੇ ਦੱਸ ਕੇ। ਸਭ ਤੋਂ ਥੱਲੇ ਆ ਇਹਦੀ ਗ੍ਰਿਪ। ਗ੍ਰਿਪ ਜਦੋਂ ਆਪਾਂ ਫੜਨੀ ਆ, ਭਾਵੇਂ ਪਿਸਤਲ ਹੋਵੇ, ਰਾਈਫਲ ਹੋਵੇ, ਰਿਵੋਲਵਰ ਹੋਵੇ, ਤੁਹਾਡੀ ਟਰਿਗਰ ਫਿੰਗਰ ਹਮੇਸ਼ਾ ਉੱਤੇ ਰਹਿਣੀ ਚਾਹੀਦੀ। ਟਰਿਗਰ ਲੱਗੇ ਆਪਾਂ ਉਨ੍ਹਾਂ ਚਿਰ ਨਹੀਂ ਜਾਣਾ ਜਿੰਨਾ ਚਿਰ ਤੁਸੀਂ ਗੋਲੀ ਚਲਾਉਣ ਨੂੰ ਤਿਆਰ ਨਹੀਂ ਆ। ਮਜ਼ਲ ਨੂੰ ਹਮੇਸ਼ਾ ਉੱਧਰ ਰੱਖੋ ਜਿੱਧਰ ਕੋਈ ਖਤਰਾ ਨਾ ਹੋਵੇ। ਤਿੰਨ ਉਂਗਲਾਂ ਥੱਲੇ, ਅੰਗੂਠਾ ਤੁਹਾਡਾ ਉੱਤੋਂ ਦੀ, ਹੈ ਨਾ। ਸਭ ਤੋਂ ਉੱਪਰ ਆ ਇਹਦਾ, ਅਗੇਨ ਇਹ ਕਲੀਅਰ ਆ। ਸਭ ਤੋਂ ਉੱਪਰ ਆ ਇਹਦਾ ਹੈਮਰ, ਇਹਤੋਂ ਥੱਲੇ ਇਹਦਾ ਟਰਿਗਰ, ਸੈਂਟਰ ਦੇ ਵਿੱਚ ਇਹਨੂੰ ਆਪਾਂ ਕਹੀਦਾ ਸਿਲੰਡਰ ਜਿਹਦੇ ਵਿੱਚ ਗੋਲੀਆਂ ਪੈਂਦੀਆਂ ਆ। ਅੱਗੇ ਆਪਣੀ ਬੈਰਲ ਆ, ਹੈ ਨਾ, ਆਪਣੀ ਮਜ਼ਲ ਆ ਅੱਗੇ, ਅਤੇ ਇੱਧਰਲੇ ਬੰਨੇ ਕੋਲਟ ਦੇ, ਇਹ ਕੋਲਟ ਦਾ ਰਿਵੋਲਵਰ ਆ। ਤੁਸੀਂ ਆਹ ਚੀਜ਼, ਇਹਨੂੰ ਆਪਾਂ ਸਿਲੰਡਰ ਰਿਲੀਜ਼ ਕਹਿ ਦਈਦਾ, ਇਹਨੂੰ ਪਿੱਛੇ ਨੂੰ ਖਿੱਚ ਕੇ ਤੁਸੀਂ ਸਿਲੰਡਰ ਨੂੰ ਬਾਹਰ ਕੱਢ ਸਕਦੇ ਆ। ਜਦੋਂ ਤੁਸੀਂ ਸਿਲੰਡਰ ਨੂੰ ਬਾਹਰ ਕੱਢਿਆ, ਤੁਸੀਂ ਦੇਖੋਗੇ ਇੱਧਰਲੇ ਬੰਨੇ ਜਦੋਂ ਜਿੱਧਰ ਗੋਲੀਆਂ ਪਾਈ ਦੀਆਂ, ਉੱਧਰ ਇੱਕ ਚੀਜ਼ ਆ, ਉਹਨੂੰ ਆਪਾਂ ਕਹੀਦਾ ਐਗਜੈਕਟਰ। ਜਿਹੜੀ ਉੱਪਰੋਂ ਚੀਜ਼ ਆਪਾਂ ਨੱਪੀ ਦੀ ਆ ਉਹ ਗੋਲੀਆਂ ਕੱਢਣ ਨੂੰ, ਜਿਹੜੀਆਂ ਵਿੱਚ ਫਸੀਆਂ ਆ ਉਹਨੂੰ ਆਪਾਂ ਪਲੰਜਰ ਕਹੀਦਾ, ਹੈ ਨਾ। ਸੋ ਮੈਂ ਅੱਜ ਤੁਹਾਨੂੰ ਐਗਜ਼ਾਮਪਲਸ ਦਿਖਾਊਂਗਾ ਕੋਰਟ ਅਤੇ ਸਮਿਥ ਐਂਡ ਵੈਸਨ, ਇਹ ਸਭ ਤੋਂ ਵੱਡੀਆਂ ਕੰਪਨੀਜ਼ ਆ ਰਿਵੋਲਵਰ ਵਰਲਡ ਦੇ ਵਿੱਚ। ਹਾਂ, ਹੋਰ ਕੰਪਨੀਆਂ ਵੀ ਹੈਗੀਆਂ, ਪਰ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ ਇਹਨਾਂ ਦੋਵਾਂ ਦੇ ਵਿੱਚ ਫਰਕ ਕੀ ਆ। ਪਾਰਟਸ ਸੇਮ ਆ, ਹੈ ਨਾ। ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ, ਉੱਪਰ ਇਹਨਾਂ ਦੇ ਸਾਈਡਸ ਹੁੰਦੀਆਂ। ਨੋਰਮਲੀ ਪਿਛਲੀ ਸਾਈਟ ਇਹਨਾਂ ਨੇ ਬਸ ਟੋਆ ਜਿਹਾ ਬਣਾਇਆ ਹੁੰਦਾ, ਅਤੇ ਅਗਲੀ ਸਾਈਟ ਇਹਨਾਂ ਨੇ, ਮੈਂ ਦੇਖਦਾ ਫੋਕਸ ਕਿੱਥੇ ਆ, ਆਹ ਜਿਹੜੀ ਲਾਲ ਬਿੰਦੀ ਆ ਇਹਦੀ ਅਗਲੀ ਸਾਈਟ ਆ, ਹੈ ਨਾ। ਸੋ ਸਮਿਥ ਐਂਡ ਵੈਸਨ ਦੇ ਵਿੱਚ ਕੀ ਫਰਕ ਆ, ਜਿਹੜੀ ਤੁਹਾਡੀ ਸਿਲੰਡਰ ਰਿਲੀਸ ਆ ਉਹ ਤੁਸੀਂ ਪਿੱਛੇ ਨੂੰ ਨਹੀਂ ਖਿੱਚਣੀ ਕੋਲਟ ਵਾਂਗੂ, ਇਹਨੂੰ ਤੁਸੀਂ ਅੱਗੇ ਨੂੰ ਧੱਕਣਾ। ਸੋ ਜਦੋਂ ਤੁਸੀਂ ਇਹਨੂੰ ਅੱਗੇ ਨੂੰ ਧੱਕਿਆ ਤੁਹਾਡੀ ਸਿਲੰਡਰ ਬਾਹਰ ਆ ਜਾਊਗੀ, ਹੈ ਨਾ। ਹੋਰ ਬਾਕੀ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਵੀਰੋ। ਇਹ ਤੋਂ ਪਹਿਲਾਂ ਕਿ ਆਪਾਂ ਵੀਡੀਓ ਨੂੰ ਅੱਗੇ ਤੋਰੀਏ, ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਚੀਜ਼ਾਂ ਦਿਖਾਉਣਾ ਚਾਹੁੰਦਾ ਸੀ ਜਿਸ ਤੋਂ ਆਪਾਂ ਨੂੰ ਬਚਾਅ ਕਰਨਾ, ਹੈ ਨਾ। ਪਹਿਲਾਂ ਮੈਂ ਤੁਹਾਨੂੰ ਦਿਖਾਵਾਂ ਕਿ ਆਪਣਾ ਸਿਲੰਡਰ ਖਾਲੀ ਆ, ਹੈ ਨਾ, ਰਿਵੋਲਵਰ ਕਲੀਅਰ ਆ। ਮੈਂ ਕਦੀ ਨਹੀਂ ਇੱਦਾਂ ਕਰਦਾ, ਮੈਂ ਸਿਰਫ ਤੁਹਾਨੂੰ ਦਿਖਾਉਣ ਨੂੰ ਕਰਨ ਲੱਗਾ ਹਾਂ। ਤੁਸੀਂ ਕਦੀ ਵੀ ਆਹ ਬਕਵਾਸ ਕੰਮ ਨਹੀਂ ਕਰਨਾ, ਹੈ ਨਾ। ਇਹ ਤੋਂ ਗਲਤ ਕੰਮ ਤੁਸੀਂ ਕਰ ਨਹੀਂ ਸਕਦੇ, ਕਿਉਂਕਿ ਤੁਸੀਂ ਸਭ ਤੋਂ ਵੱਡੇ ਰੂਲਸ ਇਹਦੇ ਤੋੜਨ ਡਏ ਆ ਕਿ ਤੁਸੀਂ ਟਰਿਗਰ ਦੇ ਉੱਤੇ, ਟਰਿਗਰ ਗਾਰਡ ਦੇ ਵਿੱਚ ਆਪਣੀ ਉਂਗਲ ਰੱਖੀ ਆ ਜਿੱਥੇ ਤੁਸੀਂ ਉਹਨਾਂ 'ਚ ਨਹੀਂ ਰੱਖਣੀ ਜਿੰਨਾ ਚਿਰ ਤੁਸੀਂ ਗੋਲੀ ਨਹੀਂ ਚਲਾਉਣੀ, ਅਤੇ ਤੁਹਾਡੀ ਮਜ਼ਲ, ਹੈ ਨਾ, ਤੁਸੀਂ ਹਮੇਸ਼ਾ ਉੱਧਰ ਰੱਖਣੀ ਜਿੱਧਰ ਗੋਲੀ ਚੱਲ ਪਵੇ ਅਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ, ਹੈ ਨਾ। ਮੇਰੇ ਘਰ ਦੇ ਇੱਧਰਲੇ ਬੰਨੇ ਕੁਛ ਨਹੀਂ ਆ। ਸੋ ਜਦੋਂ ਮੈਂ ਇਹਨੂੰ ਘੁਮਾਉਣ ਡਿਆ ਹਾਂ ਅਤੇ ਇਹ ਮੇਰੇ ਮੋਢੇ ਨੂੰ, ਬਾਂਹ ਨੂੰ, ਇੱਕ ਨਾ ਅੱਧੀ ਟਾਈਮ 'ਤੇ ਇਹਨੇ ਲੰਘ ਕੇ ਜਾਣਾ ਹੀ, ਹੈ ਨਾ। ਪਿੱਛੇ ਮੇਰਾ ਨਿਆਣਾ ਹੋ ਸਕਦਾ, ਕੁੱਤਾ ਟੌਮੀ ਹੋ ਸਕਦਾ, ਹੈ ਨਾ, ਵਾਈਫ ਵੀ ਹੋ ਸਕਦੀ, ਘਰ ਦੀ ਵੀ ਹੋ ਸਕਦੀ ਆ। ਘਰ ਦੀ ਤਾਂ ਚਲੋ ਕੋਈ ਗੱਲ ਨਹੀਂ, ਮਜ਼ਾਕ ਕਰਨ ਡਿਆ ਯਾਰ, ਵੀਡੀਓ ਐਡਿਟ ਕਰਨੀ ਪੈ ਜਾਣੀ ਆ, ਪਰ ਕੋਈ ਗੱਲ ਨਹੀਂ, ਉਹ ਵਾਈਫ ਨੇ ਨਹੀਂ ਮਾਇੰਡ ਕਰਨਾ, ਉਹ ਬਹੁਤ ਹੱਸਦੀ ਆ ਇੱਦਾਂ ਦੀ ਚੀਜ਼ਾਂ ਦੇਖ ਕੇ। ਦੂਜੀ ਚੀਜ਼ ਕਿ ਜਦੋਂ ਤੁਸੀਂ ਦੇਖਦੇ ਆ ਮੂਵੀਆਂ ਦੇ ਵਿੱਚ, ਉਹਨਾਂ ਨੇ ਸਿਲੰਡਰ ਨੂੰ ਕੱਢ ਕੇ ਸਿਲੰਡਰ ਨੂੰ ਘੁਮਾਉਣਾ, ਫਿਰ ਇਹਨਾਂ ਨੇ ਖਿੱਚ ਕੇ ਬੰਦ ਕਰਨਾ, ਹੈ ਨਾ, ਜਿੱਦਾਂ ਬਹੁਤ ਵੱਡਾ ਵਧੀਆ ਕੰਮ ਕਰਨ ਡੇ ਹੁੰਦੇ, ਹੈ ਨਾ, ਬਹੁਤ ਜਾਨ ਹੁੰਦੀ ਇਹਨਾਂ ਦੇ ਵਿੱਚ। ਵੀਰੇ ਇਹ ਬਿਲਕੁਲ ਗਲਤ ਆ, ਇਹਦੀ ਟਾਈਮਿੰਗ ਖਰਾਬ ਹੋ ਸਕਦੀ, ਇਹਦੀ ਰੋਡ ਵਿੰਗੀ ਹੋ ਸਕਦੀ ਆ, ਇਹਦਾ ਜਿਹੜਾ ਲੋਕਿੰਗ ਬਲਾਕ ਹੈ ਇਹਦੇ ਥੱਲੇ ਉਹ 'ਤੇ ਸਭ ਤੋਂ ਜ਼ਿਆਦਾ ਪ੍ਰੋਬਲਮ ਉਹਦੇ ਨਾਲ ਆਉਂਦੀ ਹੈ, ਹੈ ਨਾ। ਲੋਕਿੰਗ ਬਲੋਕ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਜਦੋਂ ਤੁਸੀਂ ਇਹਨੂੰ ਬੰਦ ਕੀਤਾ ਅਤੇ ਉਹ ਲੋਕਿੰਗ ਬਲੋਕ ਨੇ ਆਹ ਜਿਹੜਾ ਤੁਹਾਡਾ ਸਿਲੰਡਰ ਹਿੱਲਣ ਡਿਆ, ਇਹ ਹਜੇ ਇੰਡੈਕਸ ਨਹੀਂ ਹੋਇਆ, ਜਿਹੜੀ ਤੁਹਾਡੀ ਉੱਤੇ ਗੋਲੀ ਆ ਉਹ ਤੁਹਾਡੀ ਬੈਰਲ ਦੇ ਨਾਲ ਸਿੱਧੀ ਨਹੀਂ ਹਜੇ ਹੋਈ। ਸੋ ਤੁਹਾਨੂੰ ਜਦੋਂ ਤੁਸੀਂ ਇਹਨੂੰ ਘੁਮਾਓਗੇ ਤੁਸੀਂ ਸੁਣੋਗੇ ਇੱਕ ਜਗ੍ਹਾ 'ਤੇ ਜਾ ਕੇ ਨੇ ਰੁਕ ਜਾਣਾ, ਇੱਕ ਆਵਾਜ਼ ਕੱਢਣੀ, ਹੈ ਨਾ, ਹੁਣ ਇਹ ਸਿੱਧਾ ਆ, ਹੁਣ ਤੁਸੀਂ ਗੋਲੀ ਚਲਾ ਸਕਦੇ। ਜੇ ਉਹ ਬਲੋਕ ਖਰਾਬ ਹੋ ਗਿਆ ਤਾਂ ਤੁਸੀਂ ਕਿੱਥੇ ਗੋਲੀ ਚਲਾਓਗੇ, ਹੈ ਨਾ। ਸੋ ਪਿਸਟਲ ਖਰਾਬ ਹੋ ਸਕਦਾ। ਦੂਜੀ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਸੀ, ਜਦੋਂ ਤੁਸੀਂ ਸਿਲੰਡਰ ਨੂੰ ਬੰਦ ਕਰਨਾ, ਤੁਸੀਂ ਸਿਲੰਡਰ ਨੂੰ ਨੱਪ ਕੇ ਨਹੀਂ ਬੰਦ ਕਰਨਾ, ਤਾਂ ਇਹ ਵੀ ਥੋੜ੍ਹਾ ਗਲਤ ਆ, ਹੈ ਨਾ। ਤੁਸੀਂ ਸਿਲੰਡਰ ਦੇ ਜਿਹੜੇ ਨਾਲ ਆਹ ਟੋਟਾ ਲੱਗਾ ਆ, ਫਰੇਮ ਦਾ ਟੋਟਾ ਲੱਗਾ ਆ, ਆਹ ਵੱਡਾ ਪੀਸ, ਇਹਨੂੰ ਫੜ ਕੇ ਤੁਸੀਂ ਬੰਦ ਕਰਨਾ ਅਤੇ ਫਿਰ ਤੁਸੀਂ ਇਹਨੂੰ ਘੁਮਾਉਣਾ ਕਿ ਇਹ ਲੋਕ ਹੋ ਜਾਵੇ ਇੱਕ ਜਗ੍ਹਾ ਦੇ ਵਿੱਚ। ਇਹ ਬਹੁਤ ਜ਼ਰੂਰੀ ਆ। ਹੁਣ ਗੋਲੀ ਕਿਵੇਂ ਚਲਾਈ ਦੀ ਆ, ਰਿਵੋਲਵਰਸ ਕਾਫੀ ਸਿੰਪਲ ਆ। ਪਹਿਲਾਂ ਮੈਂ ਤੁਹਾਨੂੰ ਦਿਖਾਵਾਂ ਕਿ ਆਪਣਾ ਰਿਵੋਲਵਰ ਬਿਲਕੁਲ ਖਾਲੀ ਆ। ਮੈਂ ਨੋਰਮਲੀ ਆਪਣੇ ਰਿਵੋਲਵਰਸ ਨੂੰ ਡਰਾਈ ਫਾਇਰ ਨਹੀਂ ਕਰਦਾ, ਪਰ ਤੁਹਾਨੂੰ ਦਿਖਾਊਂਗਾ। ਡਰਾਈ ਫਾਇਰ ਹੁੰਦਾ ਕਿ ਜਦੋਂ ਤੁਹਾਨੂੰ ਪਤਾ ਕਿ ਇਹਦਾ ਸਿਲੰਡਰ ਖਾਲੀ ਆ ਅਤੇ ਤੁਸੀਂ ਇਹਦੀ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਡੇ ਆ, ਨਾ, ਮਤਲਬ ਕਿ ਪ੍ਰੈਕਟਿਸ ਕਰਨ ਡੇ ਆ। ਸੋ ਅਗੇਨ ਇੱਧਰ ਕੋਈ ਨਹੀਂ ਆ, ਕੰਧ ਆ, ਹੈ ਨਾ, ਬੇਸਮੈਂਟ 'ਚ ਆ,
ਸੋ ਤੁਸੀਂ ਆਹ ਕੰਮ ਕਰਨ ਡਿਆ ਨੋਰਮਲੀ ਤੁਸੀਂ ਅਵੋਇਡ ਕਰਨਾ ਰਿਵੋਲਵਰਸ ਦੇ ਵਿੱਚ ਉਹ ਮੈਂ ਤੁਹਾਨੂੰ ਸਮਝਾਵਾਂ ਕਿਉਂ ਆਪਣਾ ਪੁਰਾਣਾ ਰਿਵੋਲਵਰ ਆ ਇਹ ਮੈਂ ਤਾਂ ਕੱਢਿਆ ਕਿ ਮੈਂ ਤੁਹਾਨੂੰ ਦਿਖਾ ਸਕਾਂ ਕਿ ਨੋਰਮਲ ਰਿਵੋਲਵਰਸ ਦੇ ਵਿੱਚ ਜਿਹੜੇ ਥੋੜ੍ਹੇ ਪੁਰਾਣੇ ਜ਼ਮਾਨੇ ਦੇ ਆ ਉਹਨਾਂ ਦੇ ਜਿਹੜਾ ਹੈਮਰ ਆ ਜਿਹੜਾ ਥੋੜ੍ਹਾ ਆ ਜਿਹੜਾ ਪਿੱਛੋਂ ਡਿੱਗਦਾ ਆ ਉਹਦੇ ਉੱਤੇ ਸੂਈ ਆ ਮੈਂ ਤੁਹਾਨੂੰ ਇੱਕ ਫੋਟੋ ਵੀ ਲਾ ਕੇ ਦਿਖਾਊਂਗਾ ਅਤੇ ਸੂਈ ਪਿੱਛੋਂ ਮੋਟੀ ਹੁੰਦੀ ਆ ਅਤੇ ਅੱਗਿਓਂ ਪਤਲੀ ਹੁੰਦੀ ਆ ਹੈ ਨਾ ਸੋ ਜਦੋਂ ਤੁਹਾਡਾ ਥੋੜ੍ਹਾ ਡਿੱਗੂਗਾ ਅਤੇ ਇਹਨੇ ਇੰਨੇ ਜ਼ੋਰ ਨਾਲ ਡਿੱਗਣਾ ਉਹ ਜਿਹੜੀ ਸਾਰੀ ਐਨਰਜੀ ਆ ਜਿਹੜੀ ਸਾਰੀ ਪਿੱਛੋਂ ਜਾਨ ਆ ਉਹਨੇ ਪਿੱਛੋਂ ਮੋਟੀ ਸੂਈ ਦੇ ਵਿੱਚ ਆ ਕੇ ਲੱਗਣਾ ਅਤੇ ਅੱਗਿਓਂ ਜਾ ਕੇ ਕੰਬ ਕੇ ਉਹਨੇ ਉਹਨੂੰ ਕਮਜ਼ੋਰ ਕਰ ਦੇਣਾ ਹੈ ਨਾ ਹਾਂ ਇੱਕ ਦੋ ਵਾਰੀ ਤੁਸੀਂ ਕਰ ਸਕਦੇ ਹਾਂ ਇੰਨੀ ਵੱਡੀ ਕੋਈ ਗੱਲ ਨਹੀਂ ਆ ਪਰ ਜੇ ਤੁਸੀਂ ਹਮੇਸ਼ਾ ਕਰੀ ਜਾਓਗੇ ਤਾਂ ਉਹ ਚੀਜ਼ ਬਹੁਤ ਕਮਜ਼ੋਰ ਹੋ ਜਾਂਦੀ ਆ ਨਵੇਂ ਰਿਵੋਲਵਰਸ ਦੇ ਵਿੱਚ ਇਹ ਚੀਜ਼ ਹੈਗੀ ਨਹੀਂ ਆ ਅਗੇਨ ਕਲੀਅਰ ਆ ਸੋ ਤੁਸੀਂ ਦੇਖੋਗੇ ਇੱਥੇ ਕੁਛ ਹੈਗਾ ਨਹੀਂ ਆ ਹੈ ਨਾ ਮੈਂ ਫੋਟੋ ਵੀ ਲਾਊਂਗਾ ਜੇ ਤੁਹਾਨੂੰ ਕੈਮਰੇ 'ਚ ਨਹੀਂ ਦਿਖਣ ਡਿਆ ਪਰ ਇਹਦਾ ਮਤਲਬ ਇਹ ਨਹੀਂ ਕਿ ਇਹਦੇ ਵਿੱਚ ਫਾਇਰਿੰਗ ਪਿੰਨ ਨਹੀਂ ਹੈਗੀ ਸੋ ਉਹ ਇਹਦੇ ਫਰੇਮ ਦੇ ਵਿੱਚ ਆ ਹੈ ਨਾ ਸੋ ਆਈਡੀਆ ਉਹੋ ਹੀ ਆ ਜਦੋਂ ਇਹਨੇ ਜਾ ਕੇ ਉਹਦੇ ਵਿੱਚ ਵੱਜਣਾ ਉਹਦੇ ਵਿੱਚ ਸਾਰੀ ਜਾਨ ਉਹਦੇ ਪਿੱਛੋਂ ਜਾਊਗੀ ਹੌਲੀ ਹੌਲੀ ਜਾ ਕੇ ਉਹਨੇ ਅੱਗੇ ਜਾਣਾ ਹੈ ਨਾ ਪੂਰੀ ਪੂਰੀ ਐਨਰਜੀ ਅੱਗੇ ਜਾਊਗੀ ਅਤੇ ਉਹਦੇ ਅੱਗੇ ਕੋਈ ਗੋਲੀ ਨਹੀਂ ਹੈਗੀ ਜਿਹਦੇ ਵਿੱਚ ਉਹਨੇ ਜਾ ਕੇ ਵੱਜਣਾ ਉਹਨੇ ਬਸ ਉੱਥੇ ਜਾ ਕੇ ਰੁਕ ਜਾਣਾ ਅਤੇ ਉਹਨੇ ਕੰਬਣਾ ਅਤੇ ਉਹਨੇ ਕਮਜ਼ੋਰ ਹੋ ਜਾਣਾ ਹੈ ਨਾ ਸੋ ਉਹ ਚੀਜ਼ ਆਪਾਂ ਅਵੋਇਡ ਕਰਨੀ ਹੁਣ ਜ਼ਿਆਦਾਤਰ ਰਿਵੋਲਵਰਸ ਡਬਲ ਐਕਸ਼ਨ ਸਿੰਗਲ ਐਕਸ਼ਨ ਹੁੰਦੇ ਆ ਇਹਦਾ ਮਤਲਬ ਕਿ ਹੁਣ ਤੁਸੀਂ ਧਿਆਨ ਰੱਖਿਓ ਆਪਣੇ ਆ ਜਿਹੜੇ ਥੋੜ੍ਹੇ ਦਾ ਅਤੇ ਆਪਣੇ ਸਿਲੰਡਰ ਦਾ ਹੈ ਨਾ ਮੈਂ ਟਰਿਗਰ ਨੂੰ ਖਿੱਚੂੰਗਾ ਇਹਨੇ ਤੁਹਾਡਾ ਸਿਲੰਡਰ ਘੁਮਾਉਣਾ ਅਤੇ ਅਗਲੀ ਗੋਲੀ ਇਹਨੇ ਤਿਆਰ ਕਰਨੀ ਸਿੱਧੀ ਕਰਨੀ ਅਤੇ ਥੋੜ੍ਹੇ ਨੇ ਪਿੱਛੇ ਜਾ ਕੇ ਇਹਨੇ ਅੱਗੇ ਡਿੱਗਣਾ ਹੈ ਨਾ ਤੁਸੀਂ ਧਿਆਨ ਰੱਖਿਓ ਸੋ ਇਹਨੂੰ ਡਬਲ ਐਕਸ਼ਨ ਕਹਿੰਦੇ ਆ ਸੋ ਜੇ ਹੁਣ ਤੁਸੀਂ ਆਪਣੇ ਫਾਦਰ ਜੀ ਬਜ਼ੁਰਗ ਕੋਈ ਬੰਦਾ ਹੋਵੇ ਹੈ ਨਾ ਇਹਨੂੰ ਥੋੜ੍ਹੀ ਜਿਹੀ ਜਾਨ ਲੱਗਦੀ ਆ ਹਾਂ ਥੋੜ੍ਹਾ ਜ਼ੋਰ ਲੱਗਦਾ ਮੈਂ ਤੁਹਾਨੂੰ ਮੈਂ ਇੱਕ ਸਕੇਲ ਲਈ ਆ ਉਹਦੇ ਨਾਲ ਮੈਂ ਤੁਹਾਨੂੰ ਦਿਖਾਊਂਗਾ ਕਿ ਕਿੰਨੀ ਕੁ ਜਾਨ ਲੱਗਦੀ ਆ ਸੋ ਜੇ ਕੋਈ ਜਣਾ ਹੈਗਾ ਤੁਹਾਡੀ ਵਾਈਫ ਤੁਹਾਡੇ ਮਾਤਾ ਜੀ ਹੈ ਨਾ ਕੋਈ ਵੀ ਜਿਹਨਾਂ ਨੂੰ ਗਨਸ ਬਾਰੇ ਬਾਹਲਾ ਨਹੀਂ ਪਤਾ ਅਤੇ ਉਹ ਬਸ ਉਹਨਾਂ ਨੂੰ ਫੜਾ ਦਿਓ ਹਾਂ ਬਈ ਉਹ ਕੋਣੇ 'ਚ ਜਾ ਕੇ ਬਹਿ ਜਾ ਅਤੇ ਜੇ ਕੋਈ ਆਊਗਾ ਇਹਨੂੰ ਉਨਾ ਚਿਰ ਖਿੱਚੀ ਜਾਈ ਜਿੰਨਾ ਚਿਰ ਚਲੋ ਨੂੰ ਹਟੀ ਨਾ ਹੈ ਨਾ ਸੋ ਰਿਵੋਲਵਰਸ ਇੱਦਾਂ ਦੀ ਚੀਜ਼ ਲਈ ਬਹੁਤ ਵਧੀਆ ਸੋ ਤੁਸੀਂ ਇਹਦੇ ਵਿੱਚ 8 ਗੋਲੀਆਂ ਪੈਂਦੀਆਂ ਸੋ ਹੁਣ ਸਿੰਗਲ ਐਕਸ਼ਨ ਵੀ ਹੁੰਦਾ ਸੋ ਕਹੋ ਤੁਸੀਂ ਆਪਣੇ ਜਿਹੜੇ ਹੈਮਰ ਨੂੰ ਪਿੱਛੇ ਕਰੋ ਤੁਸੀਂ ਜਦੋਂ ਮੈਂ ਹੈਮਰ ਨੂੰ ਖਿੱਚਿਆ ਸਿਲੰਡਰ ਨੇ ਤਾਂ ਹਿੱਲਣਾ ਆ ਨਾ ਅਗਲੀ ਗੋਲੀ ਤਿਆਰ ਕਰਨ ਨੂੰ ਪਰ ਤੁਸੀਂ ਟਰਿਗਰ ਮਾੜਾ ਜਿਹਾ ਧਿਆਨ ਰੱਖਿਓ ਤੁਸੀਂ ਦੇਖੋਗੇ ਟਰਿਗਰ ਪੂਰਾ ਪਿੱਛੇ ਗਿਆ ਹੁਣ ਇਹਨੂੰ ਛੇੜ ਕੇ ਹੈ ਨਾ ਜਦੋਂ ਟਰਿਗਰ ਆਪਣਾ ਹੈਮਰ ਥੱਲੇ ਨੂੰ ਡਿੱਗਾ ਇਹਨੂੰ ਇੰਨਾ ਜ਼ੋਰ ਨਹੀਂ ਲੱਗਣਾ ਹੁਣ ਹੈ ਨਾ ਸੋ ਜਦੋਂ ਤੁਸੀਂ ਦੇਖੋਗੇ ਮੈਂ ਇੱਧਰੋਂ ਇੰਨਾ ਜ਼ੋਰ ਨਹੀਂ ਲੱਗਦਾ ਅਗੇਨ ਮੈਂ ਸਕੇਲ ਦੇ ਨਾਲ ਤੁਹਾਨੂੰ ਦਿਖਾਉਣਾ ਸੋ ਇਹ ਆ ਡਬਲ ਐਕਸ਼ਨ ਸਿੰਗਲ ਐਕਸ਼ਨ ਸੋ ਤੁਸੀਂ ਇੱਥੇ ਖਲੋ ਕੇ ਇੱਦਾਂ ਵੀ ਕਰ ਸਕਦੇ ਸੋ ਨੋਰਮਲੀ ਕੀ ਹੁੰਦਾ ਕਿ ਜੇ ਤੁਸੀਂ ਕਿਸੇ ਜਗ੍ਹਾ 'ਤੇ ਆ ਜਿੱਥੇ ਤੁਹਾਨੂੰ ਕੋਈ ਖਤਰਾ ਆ ਸੋ ਨੋਰਮਲੀ ਲੋਕ ਕੀ ਕਰਦੇ ਆ ਕਿ ਉਹਨਾਂ ਨੇ ਪਹਿਲੀ ਗੋਲੀ ਇੱਦਾਂ ਕਰਕੇ ਉਹਨਾਂ ਨੇ ਤਿਆਰ ਹੋ ਜਾਣਾ ਹੈ ਨਾ ਕਿ ਛੇਤੀ ਚੱਲੂਗੀ ਸੌਖੀ ਚੱਲੂਗੀ ਹੈ ਨਾ ਸੋ ਤਿਆਰ ਆ ਤੁਹਾਡਾ ਟਰਿਗਰ ਪੂਰਾ ਪਿੱਛੇ ਆ ਸੋ ਤੁਸੀਂ ਹੱਥ ਬਾਹਰ ਰੱਖਣਾ ਸੋ ਜਦੋਂ ਪਹਿਲੀ ਗੋਲੀ ਚੱਲੀ ਉਹ ਤੋਂ ਬਾਅਦ ਸਾਰੀਆਂ ਚਲਾਈ ਜਾਓ ਹੈ ਨਾ ਸੋ ਤੁਹਾਡੀ ਜਿਹੜੀ ਪਹਿਲੀ ਗੋਲੀ ਆ ਤੁਸੀਂ ਚੰਗਾ ਨਸ਼ਾ ਨਾ ਲਾ ਸਕੋਗੇ ਕਿਉਂਕਿ ਜਦੋਂ ਤੁਸੀਂ ਇਹਨੂੰ ਪੂਰਾ ਖਿੱਚਦੇ ਆ ਜੇ ਤੁਹਾਡੀ ਬਾਹਲੀ ਪ੍ਰੈਕਟਿਸ ਨਹੀਂ ਇਸ ਗਨ ਦੇ ਨਾਲ ਤਾਂ ਤੁਹਾਡਾ ਨਿਸ਼ਾਨਾ ਇੰਨਾ ਸੋਹਣਾ ਨਹੀਂ ਲੱਗਣਾ ਨਾ ਜਿਹੜੇ ਸਭ ਤੋਂ ਵੱਡੇ ਕਲਾਕਾਰ ਆ ਹੈ ਨਾ ਗਨ ਟ੍ਰਿਕ ਸ਼ਾਟ ਦੇ ਵਿੱਚ ਉਹ ਸਾਡੇ ਰਿਵੋਲਵਰ ਹੀ ਵਰਤਦੇ ਆ ਹੈ ਨਾ ਸੋ ਅਗੇਨ ਪ੍ਰੈਕਟਿਸ ਚਾਹੀਦੀ ਆ ਮੇਰਾ ਨਿਸ਼ਾਨਾ ਇਹਦੇ ਨਾਲ ਇੰਨਾ ਵਧੀਆ ਨਹੀਂ ਆ ਠੀਕ ਆ ਹੈਂਡਲ ਕਰ ਸਕਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਪਰ ਮਤਲਬ ਜਿੱਦਾਂ ਹੁਣ ਮੈਨੂੰ ਰੈਗੂਲਰ ਪਿਸਟਲ ਫੜਾ ਦਿਉ ਜਾਂ ਰਾਈਫਲ ਫੜਾ ਦਿਉ ਅਤੇ ਫਿਰ ਰੱਬੀ ਜਾਣੇ ਹੈ ਨਾ ਐਨੀਵੇ ਇਹ ਤੁਹਾਡਾ ਡਬਲ ਐਕਸ਼ਨ ਆ ਅਤੇ ਸਿੰਗਲ ਐਕਸ਼ਨ ਹੁਣ ਕਈ ਰਿਵੋਲਵਰ ਹੁੰਦੇ ਜਿਹੜੇ ਸਿਰਫ ਸਿੰਗਲ ਐਕਸ਼ਨ ਆ ਸਿਰਫ ਡਬਲ ਐਕਸ਼ਨ ਆ ਹੈ ਨਾ ਪਹਿਲਾਂ ਮੈਂ ਮਾੜੇ ਜਿਹਾ ਨੂੰ ਕਲੀਅਰ ਕਰਾਂ ਸੋ ਆਹ ਸਿੰਗਲ ਐਕਸ਼ਨ ਆ ਮਤਲਬ ਕਿ ਤੁਸੀਂ ਟਰਿਗਰ ਨੂੰ ਖਿੱਚੋ ਕੁਛ ਨਹੀਂ ਹੋਣਾ ਉਨਾ ਚਿਰ ਜਿੰਨਾ ਚਿਰ ਤੁਸੀਂ ਥੋੜ੍ਹੇ ਨੂੰ ਆਪ ਨਹੀਂ ਪਿੱਛੇ ਕਰਦੇ ਹੈ ਨਾ ਤੁਸੀਂ ਚਲਾਈ ਹੁਣ ਇਹਨੂੰ ਫਿਰ ਆਪ ਪਿੱਛੇ ਕੀਤਾ ਹੁਣ ਅਗਲੀ ਚੱਲੂ ਹੈ ਨਾ ਟਰਿਗਰ ਨੂੰ ਖਿੱਚੀ ਜਾਓ ਇਹਨੇ ਕੁਛ ਨਹੀਂ ਕਰਨਾ ਉਨਾ ਚਿਰ ਜਿੰਨਾ ਚਿਰ ਤੁਸੀਂ ਆਪ ਥੋੜ੍ਹੇ ਨੂੰ ਪਿੱਛੇ ਨਹੀਂ ਕੀਤਾ ਹੁਣ ਜਿਹੜੇ ਡਬਲ ਐਕਸ਼ਨ ਓਨਲੀ ਆ ਉਹਦੀ ਮੇਰੇ ਕੋਲ ਐਗਜ਼ਾਮਪਲ ਨਹੀਂ ਹੈਗੀ ਕਿਉਂਕਿ ਮੈਂ ਉਹਨਾਂ ਦਾ ਇੰਨਾ ਵੱਡਾ ਫੈਨ ਨਹੀਂ ਆ ਕਿਉਂਕਿ ਉਹਦੇ ਵਿੱਚ ਕਾਫੀ ਜ਼ੋਰ ਲੱਗਦਾ ਆ ਅਤੇ ਪਹਿਲਾ ਨਿਸ਼ਾਨਾ ਹਮੇਸ਼ਾ ਗਲਤ ਲੱਗਦਾ ਹੈ ਨਾ ਇਹਨਾਂ ਦੇ ਵਿੱਚ ਘੱਟੋ ਘੱਟ ਤੁਸੀਂ ਅਗੇਨ ਕਲੀਅਰ ਆ ਇਹਨਾਂ ਦੇ ਵਿੱਚ ਘੱਟੋ ਘੱਟ ਤੁਸੀਂ ਇਹਨੂੰ ਪਿੱਛੇ ਕਰਕੇ ਨਾ ਪਹਿਲਾ ਨਿਸ਼ਾਨਾ ਤਾਂ ਸੋਹਣਾ ਲਾ ਸਕਦੇ ਹੈ ਨਾ ਉਹਨਾਂ ਦੇ ਵਿੱਚ ਕਾਫੀ ਜ਼ੋਰ ਲੱਗਦਾ ਸੋ ਥੋੜ੍ਹੀ ਜਿਹੀ ਦਿੱਕਤ ਆਉਂਦੀ ਆ
ਸੋ ਇਹਦੇ ਵਿੱਚ ਤੁਸੀਂ ਸੋਚੋ ਕਿ ਆਹ ਚੀਜ਼ ਨੂੰ ਵੱਡਿਆ ਹੋਵੇ ਹੈ ਨਾ। ਸੋ ਕਈ ਆ ਜਿਹਨਾਂ ਦੇ ਵਿੱਚ ਹੈਮਰ ਤੁਸੀਂ ਦੇਖ ਸਕਦੇ ਅੱਗੇ ਪਿੱਛੇ ਜਾਂਦਾ, ਕਈ ਹੁੰਦੇ ਕਿ ਜਿਹਨਾਂ ਦਾ ਹੈਮਰ ਫਰੇਮ ਦੇ ਅੰਦਰ ਹੋਵੇ, ਤੁਹਾਨੂੰ ਕੁਛ ਨਹੀਂ ਦਿਖੂਗਾ ਹੈ ਨਾ। ਪਰ ਹਮੇਸ਼ਾ ਹਰ ਗੋਲੀ ਦੇ ਵਿੱਚ ਤੁਹਾਨੂੰ ਪੂਰਾ ਟਰਿਗਰ ਖਿੱਚਣਾ ਪਊਗਾ ਨਾ, ਅੱਗਿਓਂ ਲੈ ਕੇ ਪਿੱਛੇ ਤੱਕ ਹੈ ਨਾ। ਤੁਸੀਂ ਇਹਨੂੰ ਪਿੱਛੇ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਕੋਈ ਐਕਸੈਸ ਨਹੀਂ ਹੈਗੀ, ਉਹਨਾਂ ਨੇ ਆਹ ਚੀਜ਼ ਵੱਡੀ ਹੁੰਦੀ ਆ ਜਾਂ ਫਰੇਮ ਦੇ ਅੰਦਰ ਆ। ਅਤੇ ਆਖਰੀ ਆ ਆਪਣਾ ਸਿੰਗਲ ਐਕਸ਼ਨ ਆਰਮੀ ਕੋਲਟ ਦਾ ਹੈ ਨਾ। ਸੋ ਇਹਨੂੰ ਕਲੀਅਰ ਕਰਕੇ ਅਗੇਨ ਹਰ ਕਿਸੇ ਰਿਵੋਲਵਰ ਵੀ ਮੈਂ ਰਿਵਿਊ ਬਾਅਦ 'ਚ ਕਰੂੰਗਾ, ਆਹ ਆਪਣੀ ਵੱਡੀ ਬੇਸਿਕ ਵੀਡੀਓ ਆ ਨਾ ਕਿ ਮੈਂ ਸਮਝਾ ਸਕਾਂ ਹਰ ਕਿਸੇ ਚੀਜ਼ ਬਾਰੇ। ਸੋ ਇਹ ਚੀਜ਼ ਉਸ ਲਈ ਵਧੀਆ ਆ ਕਿ ਜੇ ਤੁਸੀਂ ਟਰਿਗਰ ਨੂੰ ਖਿੱਚਿਆ ਨਾ ਤਾਂ ਟਰਿਗਰ ਨੇ ਕੁਛ ਕਰਨਾ ਨਹੀਂ ਆ। ਸੋ ਤੁਹਾਨੂੰ ਅਗੇਨ ਤੁਸੀਂ ਤੁਹਾਡੇ ਵੱਲ ਦੇਖੋ, ਉੱਥੇ ਹੀ ਰਹਿੰਦਾ ਆ ਹੈ ਨਾ, ਕਿਸੇ ਪੁਰਾਣੇ ਮਾਡਲ ਦਾ ਆ, ਪਰ ਤੁਸੀਂ ਦੇਖਿਆ ਮਾੜਾ ਮੋਟਾ ਹਿੱਲਿਆ ਸੀ ਹੈ ਨਾ। ਸੋ ਇਹਦੇ ਵਿੱਚ ਬਹੁਤ ਘੱਟ ਜ਼ੋਰ ਲੱਗਦਾ ਆ, ਬਸ ਜਿੱਦਾਂ ਮੱਖੀ ਬਹਿ ਜਾਏ ਇਹਦੇ ਉੱਤੇ ਇਹਨੇ ਅੱਗੇ ਤੁਰ ਜਾਣਾ। ਇਹ ਇਕੱਲੀ ਗਨ ਆ ਮੇਰੇ ਕੋਲ ਜਿਹਦੇ ਵਿੱਚ ਮੈਂ ਗੋਲੀ ਨਹੀਂ ਰੱਖਦਾ ਹੈ ਨਾ, ਜੇ ਗਲਤ ਵੀ ਇਹਨੂੰ ਚੱਕ ਲਈਏ ਹੈ ਨਾ, ਮਾੜਾ ਜਿਹਾ ਹੱਥ ਵੀ ਲੱਗ ਜਾਏ ਤਾਂ ਗੋਲੀ ਚੱਲ ਸਕਦੀ ਆ। ਸੋ ਐਨੀਵੇ ਇਹਦਾ ਇੱਕ ਸੋਹਣਾ ਜਿਹਾ ਫੀਚਰ ਇਹ ਆ ਕਿ ਜਿੱਦਾਂ ਪੁਰਾਣੀਆਂ ਮੂਵੀਆਂ 'ਚ ਦੇਖਿਆ ਹੋਗਾ ਤੁਸੀਂ, ਹੋਰ ਕੋਈ ਰਿਵੋਲਵਰ ਇੱਦਾਂ ਨਹੀਂ ਕਰਦਾ। ਜੇ ਤੁਸੀਂ ਅਗੇਨ ਜੀ ਨਹੀਂ ਕਰਦਾ ਯਾਰ ਡਰਾਈ ਫਾਇਰ ਕਰਨ ਨੂੰ, ਚੀਜ਼ ਬਹੁਤ ਸੋਹਣੀ ਆ। ਸੋ ਤੁਸੀਂ ਟਰਿਗਰ ਨੂੰ ਨੱਪੀ ਰੱਖਿਆ ਅਤੇ ਤੁਸੀਂ ਇੱਦਾਂ ਕਰੀ ਗਏ, ਸੋ ਤੁਹਾਡਾ ਜਿਹੜਾ ਸਿਲੰਡਰ ਸੀ ਇਹ ਘੁੰਮੀ ਗਿਆ ਅਤੇ ਤੁਹਾਡਾ ਅੱਗੇ ਡਿੱਗੀ ਗਿਆ, ਗੋਲੀ ਚੱਲੀ ਗਈ ਹੈ ਨਾ। ਅਤੇ ਟਰਿਗਰ ਤੁਹਾਨੂੰ ਹਮੇਸ਼ਾ ਦੱਬਣ ਦੀ ਜ਼ਰੂਰਤ ਨਹੀਂ, ਬਸ ਨੱਪੀ ਰੱਖੋ ਅਤੇ ਉੱਤੋਂ ਛੱਡੀ ਜਾਓ ਹੈ ਨਾ, ਜਿੱਦਾਂ ਕਾਊਬੋਏ ਕਰਦੇ ਹੁੰਦੇ ਸੀਗੇ। ਥੋੜ੍ਹੀ ਜਿਹੀ ਗੱਲ ਕਰ ਲਈਏ ਗੋਲੀਆਂ ਦੀ। ਜੇ ਤੁਸੀਂ ਸਾਡੀ ਸ਼ਾਟਗਨ ਵਾਲੀ ਵੀਡੀਓ ਦੇਖੀ ਸੀ ਉਹ 'ਚ ਮੈਂ ਤੁਹਾਨੂੰ ਕਹਿਣ ਡਿਆ ਸੀ ਜਿਵੇਂ ਤੁਸੀਂ ਹੁਣ 100 ਤਰ੍ਹਾਂ ਦੀਆਂ ਗੋਲੀਆਂ ਖਰੀਦ ਸਕਦੇ ਹੋ ਨਾ, ਰਿਵੋਲਵਰਸ ਦੇ ਵਿੱਚ ਵੀ ਕੋਈ ਘਾਟ ਨਹੀਂ ਆ। ਹੁਣ ਤੁਸੀਂ ਆਹ ਦੋ ਰਿਵੋਲਵਰ ਦੇਖ ਲਓ, ਸਾਈਜ਼ ਇੱਕੋ ਆ ਹੈ ਨਾ, ਲੱਗਦੇ ਇੱਕੋ ਜਿਹੇ ਆ, ਪਰ ਇੱਕ ਦੇ ਵਿੱਚ ਤੁਸੀਂ 22 LR ਦੀ ਗੋਲੀ ਪਾਉਣੀ ਆ ਅਤੇ ਇੱਕ ਦੇ ਵਿੱਚ ਤੁਸੀਂ 357 ਮੈਗਨਮ ਪਾ ਸਕਦੇ ਹੈ ਨਾ। ਇੱਕ ਨੇ ਚੂਹਾ ਮਾਰਨਾ, ਇੱਕ ਨੇ ਬੰਦਾ ਜਾਂ ਭਾਲੂ ਮਾਰਨਾ ਹੈ ਨਾ, ਵੱਡੀ ਚੀਜ਼ ਮਾਰਨੀ ਆ। ਜੇ ਤੁਸੀਂ ਸ਼ੇਰ ਸ਼ੂਰ ਲੱਭਣ ਡਏ ਆ ਅਤੇ ਤੁਸੀਂ 500 ਸਮਿਥ ਐਂਡ ਵੈਸਨ ਜਿਹੜਾ ਮੈਂ ਤੁਹਾਨੂੰ ਰਿਵੋਲਵਰ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਮਜ਼ਾਕ ਦੇ ਨਾਲ ਦਿਖਾਉਂਦਿਆ ਸੀ, ਉਹ ਤੁਸੀਂ ਚੀਜ਼ ਵਰਤ ਸਕਦੇ ਆ। ਜੇ ਤੁਸੀਂ ਹਾਥੀ ਕੋਈ, ਅਗੇਨ ਮੈਂ ਹੰਟਿੰਗ ਨਹੀਂ ਕਰਦਾ ਨਾ, ਮੈਂ ਨਾ ਤੁਹਾਨੂੰ ਕਹਿਣ ਡਿਆ ਕਿ ਤੁਸੀਂ ਹੰਟਿੰਗ ਕਰੋ, ਮੈਂ ਤੁਹਾਨੂੰ ਸਿਰਫ ਐਗਜ਼ਾਮਪਲਸ ਦੇਣ ਡਿਆ ਕਿ ਇਹਨਾਂ ਦੇ ਵਿੱਚ ਕਿੰਨੀ ਜਾਨ ਆ। ਜੇ ਤੁਸੀਂ ਹਾਥੀ ਲੱਭਣ ਡਏ ਆ, ਕੋਈ ਵੱਡੀ ਚੀਜ਼ ਲੱਭਣ ਡਿਆ, ਤੁਸੀਂ ਹੁਣ ਰਿਵੋਲਵਰਸ ਬਣਾਉਂਦੇ ਆ ਜਿਹਨਾਂ ਦੇ ਵਿੱਚ ਤੁਸੀਂ 45-70 ਗਵਰਨਮੈਂਟ ਦਾ ਰਾਊਂਡ ਪਾ ਸਕਦੇ ਆ, ਪਰ ਮੈਂ ਹੁਣ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਇਹਨਾਂ ਨੂੰ ਲੋਡ ਕਿੱਦਾਂ ਕਰੀਦਾ ਹੈ ਨਾ। ਰੀਲੋਡਿੰਗ ਵਾਸਤੇ ਜੇ ਤੁਹਾਡੇ ਕੋਲ ਸਮਿਥ ਐਂਡ ਵੈਸਨ, ਤੁਸੀਂ ਆਪਣਾ ਬਟਨ ਅੱਗੇ ਨੂੰ ਨੱਪੋ, ਤੁਹਾਡਾ ਸਿਲੰਡਰ ਬਾਹਰ ਆਊਗਾ, ਤੁਹਾਨੂੰ ਆਪ ਜੋੜ ਲਾਉਣਾ ਪਊਗਾ ਹੈ ਨਾ। ਜਦੋਂ ਤੁਸੀਂ ਇਹਨੂੰ ਫੜਨਾ, ਤੁਸੀਂ ਚੰਗੀ ਤਰ੍ਹਾਂ ਸਿਲੰਡਰ ਜਦੋਂ ਪੂਰਾ ਬਾਹਰ ਆ ਗਿਆ ਉੱਥੇ ਜਾ ਕੇ ਤੁਸੀਂ ਫੜਨਾ ਹੈ ਨਾ। ਇੱਦਾਂ ਤੁਸੀਂ ਆਪਣੇ ਪਲੰਜਰ ਨੂੰ ਚੰਗੀ ਤਰ੍ਹਾਂ ਵਰਤ ਸਕਦੇ ਹਾਂ ਅਤੇ ਤੁਹਾਡਾ ਇੱਥੋਂ ਪੂਰੀ ਕਲੀਅਰੈਂਸ ਮਿਲ ਜੂਗੀ, ਬਿਕੋਜ਼ ਜੇ ਆਹ ਚੀਜ਼ ਪੂਰੀ ਬਾਹਰ ਨਾ ਆਈ ਅਤੇ ਕਈ ਗੋਲੀਆਂ ਜਦੋਂ ਤੁਸੀਂ ਉਹਨਾਂ ਨੂੰ ਕੱਢਣ ਡਏ ਆ ਉਹ ਇਸ ਰਿਲੀਜ਼ ਦੇ ਉੱਤੇ ਜਾ ਕੇ ਵੱਜ ਜਾਂਦੀਆਂ ਹੈ ਨਾ, ਇੱਦਾਂ ਤੁਸੀਂ ਚਾਹੁੰਦੇ ਨਹੀਂ। ਸੋ ਤੁਸੀਂ ਇੱਦਾਂ ਗੋਲੀਆਂ ਸੌਖੀਆਂ ਕੱਢ ਸਕਦੇ ਹਾਂ। ਯਾਦ ਰੱਖੋ ਜਦੋਂ ਗੋਲੀ ਚੱਲੀ ਨਾ ਹੋਵੇ ਤਾਂ ਇਹਨੇ ਛੇਤੀ ਬਾਹਰ ਆ ਜਾਣਾ, ਮਤਲਬ ਕਿ ਕੋਈ ਪ੍ਰੋਬਲਮ ਨਹੀਂ ਆਉਂਦੀ, ਇਹਨੇ ਉੱਦਾਂ ਹੀ ਡਿੱਗ ਜਾਣਾ। ਜਦੋਂ ਗੋਲੀ ਚੱਲੀ ਹੋਵੇ ਇਹਦਾ ਜਿਹੜਾ ਅਗਲਾ ਟੋਟਾ ਹੁੰਦਾ ਉਹ ਬਾਹਰ ਚਲੇ ਜਾਂਦਾ, ਜਿਹੜੀ ਚੀਜ਼ ਪਿੱਛੇ ਰਹਿ ਜਾਂਦੀ ਉਹ ਫੁੱਲ ਜਾਂਦੀ ਆ ਹੈ ਨਾ। ਸੋ ਇਹਨੇ ਚੰਗੀ ਤਰ੍ਹਾਂ ਜਾ ਕੇ ਉੱਥੇ ਫਸਣਾ। ਸੋ ਆਹ ਚੀਜ਼ ਜਿਹੜੀ ਮੈਂ ਨੱਪਣ ਡਿਆ ਹਾਂ, ਇਹਨੇ ਤੁਹਾਡੀ ਮਦਦ ਕਰਨੀ ਉਹ ਚੀਜ਼ ਨੂੰ ਬਾਹਰ ਕੱਢਣ ਨੂੰ। ਸੋ ਤੁਸੀਂ ਪੁੱਠਾ ਕਰਕੇ ਕਰ ਸਕਦੇ ਹਾਂ ਜਾਂ ਇੱਕ ਇੱਕ ਕਰ ਸਕਦੇ ਹਾਂ, ਜਿੱਦਾਂ ਵੀ ਕਰਨਾ ਤੁਸੀਂ ਕਰ ਸਕਦੇ ਹੈ ਨਾ। ਸੋ ਜੇ ਤੁਸੀਂ ਦੂਜੇ ਹੱਥ ਨਾਲ ਫੜਨਾ ਆ ਤਾਂ ਤੁਸੀਂ ਦੂਜੇ ਹੱਥ ਨਾਲ ਵੀ ਫੜੋ, ਜਿੱਦਾਂ ਤੁਸੀਂ ਫੜਨਾ ਤੁਸੀਂ ਫੜੋ, ਤੁਹਾਡੇ 'ਤੇ ਡਿਪੈਂਡ ਕਰਦਾ ਆ ਨਾ, ਪਰ ਤੁਹਾਡਾ ਸਿਲੰਡਰ ਪੂਰਾ ਖੁੱਲ੍ਹਾ ਹੋਣਾ ਚਾਹੀਦਾ। ਹੁਣ ਲੋਡਿੰਗ ਵਾਸਤੇ ਜਾਂ ਤਾਂ ਤੁਸੀਂ ਇੱਕ ਇੱਕ ਗੋਲੀ ਤੁਸੀਂ ਆਪ ਹੱਥ ਦੇ ਨਾਲ ਪਾ ਸਕਦੇ ਹਾਂ ਨਾ, ਜਿੱਦਾਂ ਤੁਸੀਂ ਕਰਨ ਡਏ ਆ, ਹਾਂ ਤੁਸੀਂ ਇੱਦਾਂ ਵੀ ਕਰ ਸਕਦੇ ਹਾਂ। ਦੂਜੀ ਚੀਜ਼ ਤੁਸੀਂ ਕਰ ਸਕਦੇ ਹਾਂ, ਉਹ ਹੁੰਦੀ ਆ ਮੂਨ ਕਲਿੱਪ। ਮੈਂ ਤੁਹਾਨੂੰ ਦਿਖਾਉਣਾ ਆਹ ਮੂਨ ਕਲਿੱਪ ਆ ਹੈ ਨਾ, ਇੱਕ ਮੈਂ ਉਹਦੇ ਰਾਊਂਡ ਲਾਇਆ, ਇਹਦੇ ਵਿੱਚ ਰਾਊਂਡ ਥੱਲਿਓਂ ਫਸ ਜਾਂਦੇ ਆ। ਸੋ ਰਾਊਂਡ ਫਸ ਜਾਂਦੇ ਆ। ਸੋ ਜੇ ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦਿਖਾਵਾਂ, ਆਹ ਸਾਰੇ ਰਾਊਂਡ ਇੱਕ ਦੂਸਰੇ ਨਾਲ ਫਸੇ ਆ ਹੈ ਨਾ। ਸੋ ਜੇ ਤੁਹਾਡੇ ਕੋਲ ਗਨ ਖਾਲੀ ਆ ਹੈ ਨਾ, ਤੁਸੀਂ ਇਹਨੂੰ ਫੜ ਕੇ ਤੁਸੀਂ ਇਹਨੂੰ ਉੱਤੇ ਰੱਖ ਕੇ ਮਾੜਾ ਜਿਹਾ ਖਿਲਾਓ ਅਤੇ ਇਹ ਚੀਜ਼ ਪੂਰੀ ਚਲੇ ਜਾਣੀ ਹੈ ਨਾ। ਸੋ ਇਹਦਾ ਦੋ ਫਾਇਦੇ ਆ, ਇੱਕ ਆ ਕਿ ਅੰਦਰ ਜਾਣ ਦੇ ਜਦੋਂ ਜਾਣ ਡੇ ਸੀਗੇ ਉਹ ਤੁਹਾਡੇ ਲਈ ਸੌਖਾ ਸੀਗਾ, ਅਗੇਨ ਮੈਨੂੰ ਪਤਾ ਇਹਦੇ ਵਿੱਚ ਗੋਲੀਆਂ ਆ, ਅਤੇ ਜਦੋਂ ਬਾਹਰ ਆਏ ਤਾਂ ਇੱਕ ਗੋਲੀ ਨੇ ਨਹੀਂ ਨਿਕਲਣਾ, ਸਾਰਿਆਂ ਨੇ ਇਕੱਠੇ ਹੀ ਨਿਕਲਣਾ ਹੈ ਨਾ। ਸੋ ਦੋ ਫਾਇਦੇ ਆ। ਦੂਜੀ ਚੀਜ਼ ਉਹ ਮੈਂ ਰੱਖਦਾ ਨਹੀਂ ਆ, ਉਹ ਆ ਇੱਕ ਰਬੜ ਦਾ ਛੋਟਾ ਜਿਹਾ ਪੱਟਾ ਜਿਹਾ ਹੁੰਦਾ ਆ, ਉਹਦੇ ਵਿੱਚ ਸਾਰੀਆਂ ਗੋਲੀਆਂ ਇੱਦਾਂ ਉਹਨਾਂ ਨੇ ਲਾਈਨ ਦੇ ਵਿੱਚ ਲਾਈਆਂ ਹੋਗੀਆਂ। ਸੋ ਇਹਦੇ ਵਿੱਚ 6 ਗੋਲੀਆਂ ਪੈਂਦੀਆਂ, ਇਹ ਕੀ ਆਪਾਂ ਦਾ ਰਾਈਨੋ ਆ, ਇਹਦੇ ਬਾਰੇ ਵੀ ਬਾਅਦ 'ਚੋਂ ਗੱਲ ਕਰਾਂਗੇ। ਸੋ 6 ਗੋਲੀਆਂ ਲਾਈਆਂ ਹੋਗੀਆਂ ਅਤੇ ਤੁਸੀਂ ਦੋ ਵਿੱਚ ਗੋਲੀਆਂ ਪਾ ਕੇ ਅਤੇ ਇਹਨੂੰ ਘੁਮਾ ਕੇ
ਫਿਰ ਅਗਲੀਆਂ ਦੋ ਪਾ ਕੇ ਉਹਨੂੰ ਪਟੇ ਨੂੰ ਖਿੱਚ ਕੇ ਹੈ ਨਾ, ਇੱਦਾਂ ਬਹੁਤ ਟਾਈਮ ਲੱਗ ਜਾਂਦਾ, ਉਹ ਚੀਜ਼ ਮੈਂ ਰੱਖਦਾ ਨਹੀਂ ਮੇਰੇ ਖਿਆਲ ਨਾਲ ਤਾਂ ਬਕਵਾਸ ਹੈ ਨਾ। ਉੱਦਾਂ ਹੀ ਤੁਸੀਂ ਜੇਬ 'ਚ ਗੋਲੀਆਂ ਰੱਖ ਲਓ, ਉਹ ਤੋਂ ਵਧੀਆ ਹੈ ਨਾ। ਸਭ ਤੋਂ ਵਧੀਆ ਚੀਜ਼ ਮੇਰੇ ਲਈ ਆਹ ਚੀਜ਼ ਆ, ਇਹ ਸਪੀਡ ਲੋਡਰ ਆ। ਸੋ ਇਹਨਾਂ ਦਾ ਫਾਇਦਾ ਇਹ ਆ ਕਿ ਤੁਸੀਂ ਉੱਤੋਂ ਜਾ ਕੇ ਇਹਨਾਂ ਨੂੰ ਪਾ ਸਕਦੇ ਆ, ਅਤੇ ਜਿਹੜੀ ਉਤਲੀ ਚੀਜ਼ ਆ ਉਹਨੂੰ ਘੁਮਾਓ ਅਤੇ ਤੁਹਾਡੀਆਂ ਸਾਰੀਆਂ ਗੋਲੀਆਂ ਵਿੱਚ ਡਿੱਗ ਜਾਣੀਆਂ ਹੈ ਨਾ। ਸੋ ਤੁਸੀਂ ਇਹਨੂੰ ਬੰਦ ਕਰੋ, ਤੁਸੀਂ ਚਲਾ ਸਕਦੇ ਆ। ਮੈਂ ਤੁਹਾਨੂੰ ਦਿਖਾਵਾਂ ਇਹ ਕਿੱਦਾਂ ਚੱਲਦੇ ਆ। ਸੋ ਇਹ 6 ਗੋਲੀਆਂ ਵਾਲਾ ਸੀਗਾ ਨਾ, ਆਹ ਮੈਂ ਤੁਹਾਨੂੰ 5 ਗੋਲੀਆਂ ਦਾ ਦਿਖਾਉਣਾ। ਸੋ ਤੁਸੀਂ 5 ਗੋਲੀਆਂ ਲੈਣੀਆਂ, ਤੁਸੀਂ ਉੱਤੇ ਸਾਰੀਆਂ ਰੱਖ ਦੇਣੀਆਂ ਹੈ ਨਾ। ਕਈ ਲੋਕ ਬੈਲਟ 'ਤੇ ਇੱਦਾਂ ਦੀਆਂ ਦੋ ਚੀਜ਼ਾਂ ਰੱਖ ਲੈਂਦੇ ਆ, ਅਤੇ ਥੱਲਿਓਂ ਤੁਸੀਂ ਜਾ ਕੇ ਇਹਨੂੰ ਘੁਮਾ ਦੇਣਾ ਅਤੇ ਇਹ ਗੋਲੀਆਂ ਦੇ ਵਿੱਚ ਫਸ ਜਾਣਾ, ਹੁਣ ਡਿੱਗਣੀਆਂ ਨਹੀਂ। ਸੋ ਜਦੋਂ ਤੁਸੀਂ ਇਹਨਾਂ ਨੂੰ ਵਿੱਚ ਪਾਇਆ, ਉੱਤੋਂ ਤੁਸੀਂ ਘੁਮਾਇਆ, ਸਾਰੀਆਂ ਵਿੱਚ ਡਿੱਗ ਜਾਣੀਆਂ ਹੈ ਨਾ। ਇਹ ਕੀ ਤੀਜੀ ਚੀਜ਼ ਆ, ਚੌਥੀ ਚੀਜ਼ ਆ ਕਿ ਤੁਸੀਂ ਰਿਵੋਲਵਰ ਰੱਖੋ ਹੀ ਨਾ ਹੈ ਨਾ। ਰਿਵੋਲਵਰਸ ਦੀ ਕਮੀ ਇਹ ਆ ਯਾਰ ਕਿ ਰਿਵੋਲਵਰਸ ਦੇ ਵਿੱਚ ਹੁਣ ਮੇਰਾ ਸਾਰਿਆਂ ਨਾਲੋਂ ਵੱਡੇ ਤੋਂ ਵੱਡਾ ਜਿਹੜਾ ਰਿਵੋਲਵਰ ਆ ਉਹਦੇ ਵਿੱਚ 8 ਗੋਲੀਆਂ ਪੈਂਦੀਆਂ ਹੈ ਨਾ, 8 ਗੋਲੀਆਂ ਪੈਂਦੀਆਂ। ਸੋ ਜੇ ਤੁਸੀਂ ਹੁਣ ਬਾਹਰਲੀ ਸਟੇਟ 'ਚ ਆ, ਜੇ ਤੁਸੀਂ ਜਿਹੜੀ ਕੰਟਰੀ 'ਚ ਆ ਜਿਹਦੇ ਵਿੱਚ ਤੁਸੀਂ ਫੁੱਲ ਕਪੈਸਿਟੀ ਮੈਗਜ਼ੀਨਸ ਰੱਖ ਸਕਦੇ ਹਾਂ, ਜਿਹੜੇ ਜਿੱਦਾਂ ਹੁਣ ਤੁਹਾਡੇ ਕੋਲ ਗਲਾਕ 19 ਹੋ ਗਿਆ, ਉਹਦੇ ਵਿੱਚ 15 ਗੋਲੀਆਂ ਪੈਂਦੀਆਂ, 8 ਅਤੇ 15 ਯਾਰ ਕੀ ਦਿਨ ਰਾਤ ਦਾ ਫਰਕ ਆ ਨਾ। ਸੋ ਉਹ ਚੀਜ਼ ਵਧੀਆ। ਉਸ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਇਹਨਾਂ ਦੇ ਵਿੱਚ ਤੁਸੀਂ ਉੱਦਾਂ ਦੇ ਰਿਵੋਲਵਰਸ, ਉੱਦਾਂ ਦੇ ਪਿਸਟਲਸ ਦੀਆਂ ਗੋਲੀਆਂ ਵੀ ਪਾ ਸਕਦੇ ਹਾਂ ਨਾ। ਕਈ ਰਿਵੋਲਵਰਸ ਬਣਾਏ ਆ ਜਿਹਨਾਂ ਦੇ ਵਿੱਚ 9mm ਪੈ ਜਾਂਦਾ ਜਾਂ 45 ACP ਪੈ ਜਾਂਦਾ। ਨੋਰਮਲੀ ਮੈਂ ਐਕਸਪਲੇਨ ਕਰਾਂ, ਤੁਹਾਨੂੰ ਫੋਟੋ ਦੇ ਵਿੱਚ ਵੀ ਦਿਖਾਊਂਗਾ। ਜਦੋਂ ਤੁਸੀਂ ਰਿਵੋਲਵਰ ਦੀ ਗੋਲੀ ਖਰੀਦਦੇ, ਇਹਨੂੰ ਕਹੀਦਾ ਰਿਮਡ ਕਾਰਟ੍ਰਿਜ ਹੈ ਨਾ। ਰਿਮਡ ਦਾ ਮਤਲਬ ਹੁੰਦਾ ਕਿ ਆਹ ਜਿਹੜੀ ਚੀਜ਼ ਆ ਉੱਤੇ, ਇਹਦੇ ਉੱਤੇ ਇੱਕ ਐਕਸਟਰਾ ਮਾਸ ਜਿਹਾ ਲਾਇਆ ਇਹਨਾਂ ਨੇ ਹੈ ਨਾ, ਕਿ ਜਦੋਂ ਤੁਸੀਂ ਰਿਵੋਲਵਰ ਦੇ ਵਿੱਚ ਪਾਓ ਅਤੇ ਇਹ ਚੀਜ਼ ਕਿਸੇ ਚੀਜ਼ 'ਤੇ ਜਾ ਕੇ ਬਹਿ ਸਕੇ ਨਾ। ਜਿੱਦਾਂ ਤੁਸੀਂ ਸੋਚੋ ਇੱਥੇ ਮੋਰੀ ਆ, ਤੁਸੀਂ ਇਹਨੂੰ ਵਿੱਚ ਪਾਇਆ, ਇਹ ਉੱਤੇ ਜਾ ਕੇ ਬਹਿ ਗਈ ਹੈ ਨਾ। ਸੋ ਜਦੋਂ ਤੁਸੀਂ ਇਜੈਕਟ ਕਰਨਾ, ਜਿਹੜਾ ਤੁਹਾਡਾ ਇਜੈਕਟਰ ਆ ਜਿਹੜੀ ਆਹ ਚੀਜ਼ ਉੱਤੇ ਥੱਲੇ ਜਾਂਦੀ ਆ, ਇਹਨੂੰ ਕੋਈ ਚੀਜ਼ ਮਿਲਦੀ ਆ ਫੜਨ ਨੂੰ, ਬਾਹਰ ਸੱਟਣ ਨੂੰ ਹੈ ਨਾ। ਸੋ ਉਹਨੂੰ ਰਿਮਡ ਕਾਰਟ੍ਰਿਜ ਕਹੀਦਾ। ਸੋ ਕਈ ਰਿਵੋਲਵਰਸ ਬਣਾਉਂਦੇ ਆ ਜਿਹਨਾਂ ਦੇ ਵਿੱਚ ਜਿੱਦਾਂ 9mm ਤੁਸੀਂ ਪਾ ਸਕਦੇ ਹੋ, 45 ACP ਡਕਾਰਾ 45 ACP ਪਾ ਸਕਦੇ ਹਾਂ। ਸੋ ਉਹਨਾਂ ਦੇ ਵਿੱਚ ਤੁਹਾਨੂੰ ਮੂਨ ਕਲਿਪਸ ਵਰਤਣੀਆਂ ਪੈਂਦੀਆਂ। ਜੇ ਤੁਹਾਨੂੰ ਰਿਵੋਲਵਰਸ ਦਾ ਕਾਫੀ ਸ਼ੌਂਕ ਆ ਹੈ ਨਾ, ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਹੋਰ ਦੱਸਣੀਆਂ ਚਾਹੁੰਦਾ ਸੀ। ਸਭ ਤੋਂ ਪਹਿਲਾਂ ਅਗੇਨ ਕਲੀਅਰ ਆ ਹੈ ਨਾ, ਸਭ ਤੋਂ ਪਹਿਲਾਂ ਕਿ ਤੁਸੀਂ ਜੇ ਤੁਸੀਂ ਰਿਵੋਲਵਰ ਖਰੀਦਣ ਡੇ ਆ ਜਾਂ ਤੁਹਾਨੂੰ ਕੋਈ ਯਾਰ ਬੇਲੀ ਦੇਣ ਡਿਆ, ਤੁਸੀਂ ਦੇਖਣਾ ਚਾਹੁੰਦੇ ਕਿ ਹਾਂ ਵੀ ਚਲਾਉਣ ਵਾਲੀ ਚੀਜ਼ ਹੈਗੀ ਆ ਕਿ ਨਹੀਂ, ਮੈਨੂੰ ਕੋਈ ਖਤਰਾ ਕਿ ਨਹੀਂ ਹੈ ਨਾ, ਪਹਿਲਾਂ ਤੁਸੀਂ ਟ੍ਰਿਗਰ ਨੂੰ ਛੇੜਨਾ ਨਹੀਂ, ਤੁਸੀਂ ਹੈਮਰ ਨੂੰ ਪਿੱਛੇ ਕਰੋ ਅਤੇ ਤੁਸੀਂ ਇਹਨੂੰ ਅੱਗੇ ਨੱਪਣ ਦੀ ਕੋਸ਼ਿਸ਼ ਕਰੋ ਹੈ ਨਾ, ਹੈਮਰ ਨੂੰ ਟ੍ਰਿਗਰ ਤੋਂ ਬਗੈਰ ਹੈ ਨਾ। ਇਹਨੂੰ ਕੀ ਡਿੱਗਦਾ ਕਿ ਨਹੀਂ, ਕਈਆਂ ਦੇ ਵਿੱਚ ਡਿੱਗ ਜਾਂਦਾ ਹੈ ਨਾ, ਕਈ ਪੁਰਾਣਿਆਂ ਦੇ ਵਿੱਚ ਡਿੱਗ ਜਾਂਦਾ, ਉਹਨਾਂ ਦੇ ਵਿੱਚ ਲੋਕਾਂ ਨੇ ਟ੍ਰਿਗਰ ਦੇ ਨਾਲ ਪੰਗਾ ਲਿਆ ਹੁੰਦਾ, ਉਸ ਚੀਜ਼ ਤੋਂ ਦੂਰ ਰਹੋ ਹੈ ਨਾ। ਹਾਂ, ਉਹਨਾਂ ਨੂੰ ਤੁਸੀਂ ਸੇਫਲੀ ਰੱਖ ਸਕਦੇ, ਇਹਦਾ ਮਤਲਬ ਕਿ ਸਿਰਫ ਡਬਲ ਐਕਸ਼ਨ 'ਚ ਚਲਾਓ ਹੈ ਨਾ, ਥੋੜ੍ਹਾ ਹਮੇਸ਼ਾ ਤੁਹਾਡਾ ਥੱਲੇ ਰਹੇ, ਤੁਸੀਂ ਇੱਦਾਂ ਚਲਾਓ, ਇੱਦਾਂ ਕਦੀ ਚਲਾਓ ਨਾ, ਕਿਉਂਕਿ ਜੇ ਇਹ ਚੀਜ਼ ਕਦੀ ਡਿੱਗ ਡੁੱਗ ਗਈ ਤਾਂ ਇਹਨੇ ਚੱਲਣਾ ਜ਼ਰੂਰ ਆ। ਸੋ ਦੂਜੀ ਚੀਜ਼, ਜੇ ਤੁਸੀਂ ਖਰੀਦਣ ਡੇ ਜਾਂ ਕੋਈ ਯੂਜ਼ਡ ਆ, ਨਵਾਂ ਵੀ ਹੋਵੇ ਹੈ ਨਾ, ਤੁਹਾਨੂੰ ਟਾਈਮਿੰਗ ਚੈੱਕ ਕਰਨੀ ਚਾਹੀਦੀ, ਇਹਦਾ ਲੋਕਿੰਗ ਬਲੋਕ ਚੈੱਕ ਕਰਨਾ ਚਾਹੀਦਾ। ਸੋ ਇਹਦਾ ਮਤਲਬ ਕਿ ਪਹਿਲਾਂ ਤੁਸੀਂ ਟ੍ਰਿਗ ਆਪਣੇ ਹੈਮਰ ਨੂੰ ਪਿੱਛੇ ਕਰੋ, ਇਹਨੂੰ ਹਿਲਾਓ ਆਪਣੇ ਸਿਲੰਡਰ ਨੂੰ ਹੈ ਨਾ, ਕਿੰਨਾ ਕੁ ਹਿਲਦਾ ਆ, ਬਾਹਲਾ ਹਿਲਦਾ, ਇਹ ਚੀਜ਼ ਵਧੀਆ ਨਹੀਂ ਹੈ ਨਾ। ਹਰ ਇੱਕ ਨੂੰ ਚੈੱਕ ਕਰੋ ਹੈ ਨਾ, ਇਹਦੇ ਵਿੱਚ ਜੇ 6 ਗੋਲੀਆਂ ਪੈਂਦੀਆਂ, 5 ਗੋਲੀਆਂ ਪੈਂਦੀਆਂ ਹੈ ਨਾ, ਬਹੁਤ ਵੱਡੀਆਂ ਗੋਲੀਆਂ ਪੈਂਦੀਆਂ ਇਹ 'ਚ, ਐਡੀਆਂ ਪੈਂਦੀਆਂ। ਸੋ ਹਰ ਉਹ ਸਾਰੇ 5 ਨੂੰ ਚੈੱਕ ਕਰੋ ਤੁਸੀਂ ਹੈ ਨਾ, ਇਹ ਵੀ ਕਾਫੀ ਜ਼ਰੂਰੀ ਆ। ਇਹ ਤੋਂ ਅਗਲੀ ਚੀਜ਼, ਜੇ ਤੁਸੀਂ ਫਰੇਮ ਨੂੰ ਦੇਖੋ ਹੈ ਨਾ, ਆਬਵੀਅਸਲੀ ਤੁਸੀਂ ਆਪਣੀ ਇਹਦੀ ਬੋਰ ਨੂੰ ਦੇਖ ਸਕਦੇ ਹਾਂ ਕਿ ਰਾਈਫਲਿੰਗ ਇਹਦੇ ਵਿੱਚ ਕਿੰਨੀ ਆ ਹੈ ਨਾ, ਕਿੰਨਾ ਕੁ ਕਿਸੇ ਨੇ ਪੰਗਾ ਲਿਆ। ਜਦੋਂ ਤੁਸੀਂ ਆਪਣੇ ਫਰੇਮ ਨੂੰ ਖੋਲ੍ਹਦੇ ਹਾਂ, ਆਪਣੇ ਸਿਲੰਡਰ ਨੂੰ ਬਾਹਰ ਕੱਢ ਕੇ, ਸੋ ਜਦੋਂ ਤੁਸੀਂ ਇਹਨੂੰ ਬੰਦ ਕਰਦੇ ਹਾਂ, ਜਿਹੜਾ ਆਹ ਇੱਥੇ ਜੋੜ ਆਉਂਦਾ ਆ, ਜਦੋਂ ਤੁਸੀਂ ਇਹਨੂੰ ਬੰਦ ਕੀਤਾ, ਉਹਦੇ ਵਿੱਚ ਜਗ੍ਹਾ ਨਹੀਂ ਹੋਣੀ ਚਾਹੀਦੀ ਹੈ ਨਾ। ਸੋ ਜਦੋਂ ਤੁਸੀਂ ਇਹਨੂੰ ਬੰਦ ਕੀਤਾ, ਅਤੇ ਆਹ ਜਿਹੜੀ ਚੀਜ਼ ਆ ਜਿੱਥੇ ਜਾ ਕੇ ਬੰਦ ਹੋਇਆ ਹੈ ਨਾ, ਇਹ ਜਦੋਂ ਦੋਵੇਂ ਲੋਹੇ ਦੇ ਟੋਟੇ ਜਾ ਕੇ ਮਿਲਦੇ ਆ, ਇਹ ਚੰਗੀ ਤਰ੍ਹਾਂ ਇੱਕ ਦੂਸਰੇ ਨੂੰ ਜੱਫੀ ਪਾਉਣੀ, ਇਹਨਾਂ ਨੇ ਜੱਫੀ ਪਾਉਣੀ ਹੈ ਨਾ, ਇਹਨਾਂ ਦੇ ਵਿੱਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਜੇ ਜਗ੍ਹਾ ਆ ਤਾਂ ਇਹਦੇ ਵਿੱਚ ਵੀ ਕੋਈ ਪ੍ਰੋਬਲਮ ਆ, ਇਹ ਤੋਂ ਦੂਰ ਰਹੋ ਹੈ ਨਾ। ਬਾਕੀ ਜੇ ਆਹ ਚੀਜ਼ਾਂ ਦੇ ਵਿੱਚ ਕੋਈ ਖਰਾਬੀ ਨਹੀਂ ਆ, ਜਾਂ ਰਿਵੋਲਵਰ ਨੇ ਕਦੀ ਖਰਾਬ ਨਹੀਂ ਹੋਣਾ ਨਾ, ਜਿੱਦਾਂ ਮੈਂ ਤੁਹਾਨੂੰ ਸ਼ਾਟਗਨ ਵੀਡੀਓ ਦੇ ਵਿੱਚ ਦੱਸਣ ਡਿਆ ਸੀਗਾ, ਪੰਪ ਐਕਸ਼ਨ ਗਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਸੀਗੀ, ਜਦੋਂ ਮੈਂ ਤੁਹਾਨੂੰ ਸੈਮੀ ਆਟੋਮੈਟਿਕ ਦੇ ਵਿੱਚ ਦਿਖਾਉਣ ਡਿਆ ਸੀਗਾ, ਛੇਤੀ ਮੈਂ ਜਦੋਂ ਗਨ ਚਲਾਈ ਉਹਦੇ ਵਿੱਚ ਇੱਕ ਪ੍ਰੋਬਲਮ ਆ ਗਈ, ਜਾਂ ਵੀਕ ਲੋਡ ਪਾਏ ਅਤੇ ਉਹਦੇ ਵਿੱਚ ਪ੍ਰੋਬਲਮ ਆ ਗਈ। ਇਹ ਪੰਪ ਐਕਸ਼ਨ ਆ ਪਿਸਟਲ ਵਰਲਡ ਦੀ ਹੈ ਨਾ, ਰਿਵੋਲਵਰਸ ਇਹਨਾਂ ਨੇ ਹਮੇਸ਼ਾ ਰਿਲਾਇਬਲ ਰਹਿਣਾ, ਕਦੀ ਵੀ ਇਹਨਾਂ ਦੇ ਵਿੱਚ ਪ੍ਰੋਬਲਮ ਨਹੀਂ ਆਊਗੀ। ਹਾਂ, ਆ ਸਕਦੀ ਆ, ਮਾੜੀ ਮੋਟੀ ਆ ਸਕਦੀ ਆ, ਪਰ ਜ਼ਿਆਦਾਤਰ ਇਹ ਸਿੱਧੇ ਰਹਿੰਦੇ ਆ।
ਹੁਣ ਇਹਨਾਂ ਨੂੰ ਫੜੀਦਾ ਕਿੱਦਾਂ, ਇਹਨਾਂ ਨੂੰ ਕੰਟਰੋਲ ਕਿੱਦਾਂ ਕਰੀਦਾ, ਇਹਦਾ ਰੀਕੋਇਲ ਕਿੱਦਾਂ ਸੰਭਾਲੀਦਾ, ਹੈ ਨਾ, ਉਹ ਮੈਂ ਤੁਹਾਨੂੰ ਰੇਂਜ 'ਚ ਜਾ ਕੇ ਦੱਸਦਾ। ਵੀਰੋ ਜੇ ਤੁਹਾਨੂੰ ਇੱਦਾਂ ਦੀ ਵੀਡੀਓਜ਼ ਪਸੰਦ ਆ, ਮਾਫ਼ ਕਰਨਾ ਯਾਰ, ਥੋੜ੍ਹੀਆਂ ਲੰਬੀਆਂ ਹੋ ਜਾਂਦੀਆਂ। ਇਸ ਵੇਲੇ ਬੇਸਿਕਸ ਕਰਨ ਡਿਆ, ਹੈ ਨਾ, ਬਾਅਦ 'ਚੋਂ ਜਿੱਦਾਂ ਹੁਣ ਆਹ ਗੱਲ ਹੋ ਗਈ, ਮੈਂ 15 ਮਿੰਟ ਇਹਦੀ ਵੀਡੀਓ ਬਣਾ ਸਕਦਾ, ਹੈ ਨਾ, ਪਰ ਹਜੇ ਆਪਾਂ ਵੱਡੇ ਟੋਪਿਕ ਕਵਰ ਕਰਨ ਡਏ ਹਾਂ, ਲੰਬੀਆਂ ਵੀਡੀਓਜ਼ ਆ। ਯਾਰ ਜਿਹੜੇ ਤੁਸੀਂ ਸਾਨੂੰ ਮੈਸੇਜ ਭੇਜਦੇ ਯਾਰ, ਦਿਲ ਖੁਸ਼ ਕਰ ਦਿੰਦੇ ਆ, ਇੰਡੀਆ ਤੋਂ, ਹੈ ਨਾ, ਆਸਟ੍ਰੇਲੀਆ ਤੋਂ, UK ਤੋਂ, ਕੈਨੇਡਾ ਤੋਂ, ਇੰਨੇ ਦੂਰੋਂ ਦੂਰੋਂ ਭਰਾ ਆਪਾਂ ਨੂੰ ਰੀਚ ਕਰਨ ਡਿਆ, ਨਾ, ਮੈਸੇਜ ਭੇਜਦੇ ਆ, ਬਹੁਤ ਦਿਲ ਖੁਸ਼ ਹੁੰਦਾ ਯਾਰ। ਜੇ ਤੁਸੀਂ ਵੀਡੀਓਜ਼ ਨੂੰ ਸ਼ੇਅਰ ਕਰੋ ਆਪਣੇ ਸੋਸ਼ਲ ਮੀਡੀਆ 'ਤੇ, ਇੱਕ ਅੱਧੀ ਲਿੰਕ ਛੱਡ ਦਿਉ, ਅਤੇ ਆਪਣੀ ਪਹੁੰਚ ਥੋੜ੍ਹੀ ਵੱਧ ਜੂਗੀ, ਹੈ ਨਾ। ਇੱਦਾਂ ਨਹੀਂ ਕਿ ਮੈਂ ਲੋਕਾਂ ਨੂੰ ਆਪਣੇ ਆਟੋਗ੍ਰਾਫ ਦੇਣਾ ਚਾਹੁੰਦਾ, ਹੈ ਨਾ, ਬੰਦੂਕਾਂ ਵਾਲਾ ਬਾਬਾ ਲੈ ਕੇ ਦੇਈ ਜਾਂਦਾ। ਆਪਾਂ ਬਸ ਚਾਹੁੰਦੇ ਹਾਂ ਕਿ ਸ਼ਾਇਦ ਕਿਸੇ ਦੀ, ਯੂ ਨੋ, ਕਿਸੇ ਦਾ ਦਿਲ ਖੁੱਲ੍ਹ ਜੇ, ਨਾ, ਕਿਸੇ ਦੀਆਂ ਅੱਖਾਂ ਖੁੱਲ੍ਹ ਜਾਣ, ਹੈ ਨਾ। ਇਹ ਆਪਣੀ ਬੇਸਿਕ ਗੋਲ ਆ। ਲੋਕਾਂ ਨੂੰ ਇੰਨੀ ਸਮਝ ਆਉਣੀ ਚਾਹੀਦੀ ਆ ਕਿ ਆਪਣੀ ਕੌਮ ਹਥਿਆਰਾਂ ਦੇ ਨਾਲ ਹੀ ਜੰਮੀ ਸੀ, ਹੈ ਨਾ। ਸਾਰੇ ਲੋਕਾਂ ਨੇ ਆਪਣੀਆਂ ਗੱਡੀਆਂ 'ਤੇ ਖੰਡੇ ਲਾਏ ਆ, ਹੈ ਨਾ, ਟੈਟੂ ਧੌਣਾਂ 'ਤੇ ਵੀ ਲਵਾਏ ਆ, ਬਾਹਾਂ 'ਤੇ ਲਵਾਏ ਆ, ਹੈ ਨਾ, ਸ਼ੀਸ਼ਿਆਂ ਦੇ ਨਾਲ ਟੰਗੇ ਆ, ਘਰਾਂ ਦੇ ਵਿੱਚ ਹਰ ਕਿਸੇ ਨੇ ਰੱਖਿਆ, ਨਾ, ਗੁਟਕਾ ਸਾਹਿਬ ਰੱਖਿਆ ਹੋਊਗਾ, ਉਹਦੇ ਲਾਗੇ ਛੋਟਾ ਜਿਹਾ ਖੰਡਾ ਰੱਖਿਆ ਹੋਊਗਾ। ਯਾਰ ਖੰਡਾ ਵੀ ਹਥਿਆਰਾਂ ਦਾ ਬਣਿਆ, ਨਾ, ਭੁੱਲੋ ਨਾ, ਇਹ ਆਪਣੇ ਖੂਨ ਦੇ ਵਿੱਚ ਆ, ਹੈ ਨਾ। ਸੋ ਇਹ ਚੀਜ਼ ਮੈਂ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦਾ ਹਾਂ। ਤੁਸੀਂ ਹੁਣ ਮੇਰੇ ਨਾਲ ਆਓ, ਆਪਾਂ ਜਾਂਦੇ ਹਾਂ ਗੋਲੀਆਂ ਚਲਾਉਣ। ਚੌਂਕੜੀ ਮਾਰ ਕੇ ਬਹਿ ਜਾਓ, ਹੁਣ ਆ ਗਿਆ ਟਾਈਮ ਲੈਕਚਰਾਂ ਦਾ। ਮਾਈਕ੍ਰੋਫੋਨ ਮੈਂ ਥੋੜ੍ਹਾ ਲਾਗੇ ਕੀਤਾ, ਸ਼ਾਇਦ ਆਵਾਜ਼ ਵਧੀਆ ਆਵੇ ਕਿ, ਹੈ ਨਾ। ਆਪਣੀ ਹਮੇਸ਼ਾ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੇ ਕੋਈ ਮਾੜਾ ਵਕਤ ਆ ਗਿਆ ਜਿੱਥੇ ਆਪਾਂ ਨੂੰ ਆਪਣੇ ਆਪ ਨੂੰ ਬਚਾਉਣਾ ਪੈ ਜਾਵੇ, ਆਪਾਂ ਬਚਾ ਸਕੀਏ, ਆਪਣੇ ਪਰਿਵਾਰ ਨੂੰ ਬਚਾ ਸਕੀਏ। ਜੋ ਤੁਸੀਂ ਇਸ ਚੈਨਲ 'ਤੇ ਸਿੱਖਦੇ ਹਾਂ, ਇਹਦੇ ਵਿੱਚ ਆਪਾਂ ਡੀਫੈਂਸ ਦੀ ਗੱਲ ਕਰਨ ਡਏ, ਨਾ, ਸੈਲਫ ਡਿਫੈਂਸ ਦੀ ਗੱਲ ਕਰਨ ਡਏ ਹਾਂ। ਕੋਈ ਤੁਹਾਡੇ 'ਤੇ ਹਮਲਾ ਕਰਨ ਡਿਆ, ਤੁਸੀਂ ਆਪਣੇ ਆਪ ਨੂੰ ਬਚਾਉਂਦੇ। ਆਪਾਂ ਕਦੀ ਓਫੈਂਸ ਦੀ ਨਹੀਂ ਗੱਲ ਕਰਨੀ, ਮਤਲਬ ਕਿ ਤੁਸੀਂ ਆਹ ਚੀਜ਼ ਜਾ ਕੇ ਕਰੋ, ਤੁਸੀਂ ਆਹ ਚੀਜ਼ ਤੋਂ ਥੱਕ ਗਏ ਹਾਂ, ਤੁਸੀਂ ਆਹ ਚੀਜ਼ ਜਾ ਕੇ ਕਰੋ। ਆਪਾਂ ਗਲਤ ਕੰਮ ਨਹੀਂ ਕੋਈ ਕਰਨਾ, ਅਤੇ ਨਾ ਕਦੀ ਆਪਣੇ ਧਰਮ ਨੇ ਕੀਤਾ, ਆਪਣੀ ਕੌਮ ਨੇ ਕੀਤਾ, ਹੈ ਨਾ। ਜੋ ਵੀ ਲੋਕ ਆਏ ਆ ਜਿਨ੍ਹਾਂ ਨਾਲ ਆਪਾਂ ਲੜੇ ਆ, ਉਹ ਹਮੇਸ਼ਾ ਆਪਣੇ ਕੋਲ ਆਏ ਆ, ਅਤੇ ਆਪਾਂ ਨੂੰ ਕਨਵਰਟ ਕਰਦੀ, ਨਾ, ਤੁਸੀਂ ਆਹ ਬਣੋ, ਤੁਸੀਂ ਸਿੱਖ ਨਹੀਂ, ਤੁਸੀਂ ਆਹ ਬਣੋ, ਹੈ ਨਾ। ਇੱਦਾਂ ਦੀਆਂ ਆਪਣੇ ਲੜਾਈਆਂ ਹੋਈਆਂ। ਆਪਾਂ ਕਦੀ ਵੀ ਕਿਸੇ ਵੀ ਦੇਸ਼ ਦੇ ਵਿੱਚ, ਕਿਸੇ ਵੀ ਜਹਾਨ ਦੇ ਵਿੱਚ ਨਹੀਂ ਗਏ ਜਿੱਥੇ ਜਾ ਕੇ ਆਪਾਂ ਕਿਹਾ ਕਿ ਨਹੀਂ ਬਈ ਸਿੱਖ ਬਣੋ ਜਾਂ ਮਰੋ, ਹੈ ਨਾ। ਇੱਦਾਂ ਦਾ ਕਦੀ ਆਪ ਕੁਛ ਕੰਮ ਨਹੀਂ ਕੀਤਾ। ਆਪਾਂ ਬਹੁਤ ਕੁਰਬਾਨੀਆਂ ਕੀਤੀਆਂ, ਆਪਾਂ ਕੋਸ਼ਿਸ਼ ਕੀਤੀ, ਹੈ ਨਾ, ਤੁਸੀਂ ਹਿਸਟਰੀ ਦੇਖੋ ਕਿ ਪੀਸਫੁਲ ਕੰਮ ਕਰ ਸਕੀਏ, ਉਹਨਾਂ ਨੂੰ ਦਿਖਾ ਸਕੀਏ ਕਿ ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਬਦਲਣ ਵਾਲੇ ਨਹੀਂ, ਹੈ ਨਾ, ਪਰ ਲੋਕ ਨਹੀਂ ਹਟਦੇ, ਹੈ ਨਾ, ਹਥਿਆਰ ਚੱਕਣੇ ਪੈ ਜਾਂਦੇ ਆ। ਹੁਣ ਜੇ ਤੁਸੀਂ ਘਰ ਬੈਠੇ ਹਾਂ ਅਤੇ ਕੋਈ ਮੁਸੀਬਤ ਆ ਗਈ ਆ, ਹੈ ਨਾ, ਕੋਈ ਤੁਹਾਡੇ ਘਰ ਦੇ ਅੰਦਰ ਆਉਣ ਲੱਗਾ ਆ ਜਾਂ ਇੱਦਾਂ ਕੁਛ, ਤੁਸੀਂ ਚਾਹੁੰਦੇ ਆ ਕਿ ਤੁਸੀਂ ਉਸ ਚੀਜ਼ ਨੂੰ ਆਪਣੇ ਆਪ ਸੰਭਾਲ ਸਕੋ, ਹੈ ਨਾ। ਜਦੋਂ ਕੋਈ ਹਸਬੈਂਡ ਹੋਵੇ, ਕੋਈ ਵਾਈਫ ਹੋਵੇ, ਅਤੇ ਉਹ ਆਪਣੇ ਪਾਰਟਨਰ ਨੂੰ ਕਵੇ, ਹੈ ਨਾ, ਕਿ ਕੋਈ ਗੱਲ ਨਹੀਂ ਮੈਂ ਹੈਗਾ, ਇਹਦੇ ਦੋ ਮਤਲਬ ਹੋ ਸਕਦੇ ਆ। ਜਾਂ ਨਹੀਂ, ਪਹਿਲੋਂ ਕੁਰਬਾਨੀ ਮੈਂ ਦਊਂਗਾ, ਹੈ ਨਾ, ਬੰਦਾ ਆਇਆ ਬੰਦੂਕ ਲੈ ਕੇ, ਹੈ ਨਾ, ਨਹੀਂ ਪਹਿਲੋਂ ਮੈਂ ਮਰੂੰਗਾ, ਮੈਨੂੰ ਪਹਿਲੋਂ ਜਾ ਲੈਂਦੇ, ਹੈ ਨਾ। ਜਾਂ ਦੂਜੀ ਚੀਜ਼ ਕਿ ਨਹੀਂ ਮੈਂ ਹੈਗਾ ਆ, ਮੈਂ ਇਹਨੂੰ ਸੰਭਾਲੂਂਗਾ, ਹੈ ਨਾ, ਮੈਂ ਜੁਗਾੜ ਰੱਖੇ ਆ। ਹੁਣ ਦੋਵਾਂ ਚੀਜ਼ ਲਈ ਦਿਲ ਚਾਹੀਦਾ, ਹੁਣ ਤੁਸੀਂ ਇਹਨਾਂ ਦੇ ਵਿੱਚੋਂ ਕਿਹੜਾ ਬਣਨਾ ਚਾਹੁੰਦੇ ਆ, ਇਹ ਤੁਹਾਡੇ 'ਤੇ ਡਿਪੈਂਡ ਕਰਦਾ, ਹੈ ਨਾ। ਐਂਡ ਆਫ ਦਾ ਡੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਆਪਣੀ ਫੈਮਿਲੀ ਕੋਲ ਵਾਪਸ ਜਾ ਸਕੋ, ਹੈ ਨਾ, ਇਹ ਸਭ ਤੋਂ ਜ਼ਰੂਰੀ ਚੀਜ਼ ਆ। ਜੇ ਤੁਹਾਡੀ ਇੱਦਾਂ ਦੀ ਸੋਚ ਆ ਕਿ ਨਹੀਂ ਪੁਲਿਸ ਵਾਲੇ ਹੈਗੇ ਆ, ਗਵਰਨਮੈਂਟ ਹੈਗੀ ਆ, ਇਹਨਾਂ ਨੇ ਆਪਾਂ ਨੂੰ ਬਚਾ ਦੇਣਾ, ਕੋਈ ਖੂਨ ਖਰਾਬਾ ਨਹੀਂ ਹੋਣਾ, ਨਾ, ਯਾਰ ਮੈਂ ਤੁਹਾਨੂੰ ਹੁਣ ਦੀ ਐਗਜ਼ਾਮਪਲ ਦਿੰਦਾ। ਇੱਥੇ ਰਾਈਟਿੰਗ ਹੋਣ ਡਈ ਸੀਗੀ, ਕਾਫੀ ਖੂਨ ਖਰਾਬਾ ਹੋਣ ਡਿਆ ਸੀਗਾ, ਦੁਕਾਨਾਂ ਨੂੰ ਅੱਗ ਲਾਈ ਜਾਂਦੇ ਸੀ, ਗੈਸ ਸਟੇਸ਼ਨ ਨੂੰ ਲੁੱਟ ਲਿਆ, ਲਿਕਰ ਸਟੋਰ ਨੂੰ ਲੁੱਟ ਲਿਆ, ਜਿਹੜੇ ਛੋਟੇ ਮੋਟੇ ਆਪਣੇ ਲੋਕਾਂ ਨੇ ਮਹੀਂ ਕਿਤੇ ਜਾਨ ਪੂਰੀ ਲਾ ਕੇ, ਖੂਨ ਲਾ ਕੇ ਇਹਨਾਂ ਨੇ ਖੜੇ ਕੀਤੇ ਸੀਗੇ, ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਬਸ ਤਬਾਹ ਕਰਤਾ, ਹੈ ਨਾ। ਅਤੇ ਪੁਲਿਸ ਵਾਲੇ ਨੂੰ ਆਰਡਰ ਦਿੱਤੇ ਗਏ ਕਿ ਤੁਸੀਂ ਪਿੱਛੇ ਸਟੈਂਡ ਬੈਕ ਕਰ ਜਾਓ, ਇਹਨਾਂ ਨੂੰ ਜੋ ਕਰਨਾ ਇਹਨਾਂ ਨੂੰ ਕਰ ਲੈਂਦੇ ਹੋ ਨਾ, ਬਿਕਾਜ਼ ਪੋਲੀਟਿਕਸ ਵੀ ਬਹੁਤ ਗੰਦੇ ਆ, ਹੈ ਨਾ, ਆਪਣੀ ਗਵਰਨਮੈਂਟ ਵੀ ਬਹੁਤ ਗੰਦੀ ਆ, ਉਹ ਵੀ ਚਾਹੁੰਦੇ ਆ ਕਿ ਜੇ ਆਹ ਚੀਜ਼ ਹੋਈ ਤਾਂ ਆਪਾਂ ਆਹ ਕਹਿ ਸਕਾਂਗੇ, ਜੇ ਆਹ ਚੀਜ਼ ਹੋਈ ਤਾਂ ਆਪਾਂ ਆਹ ਕਹਿ ਸਕਾਂਗੇ, ਹੈ ਨਾ। ਤੁਸੀਂ ਯਾਦ ਕਰੋ ਕਿ ਗਵਰਨਮੈਂਟ ਸੀਗੀ ਜਿਹਨੇ 1984 ਦੇ ਵਿੱਚ ਆਪਣੇ ਉੱਤੇ ਹਮਲਾ ਕੀਤਾ, ਹੈ ਨਾ। ਸੋ ਤੁਸੀਂ ਇੱਦਾਂ ਨਹੀਂ ਉਮੀਦ ਕਰਨੀ। ਹੁਣ ਪਰਫੈਕਟ ਐਗਜ਼ਾਮਪਲ ਆਪਣੇ ਕਿਸਾਨ ਭਰਾਵਾਂ ਦੇ ਨਾਲ ਕੀ ਹੋਣ ਡਿਆ ਉੱਥੇ, ਨਾ। ਹੁਣ ਜੇ 100 ਜਾਣੇ ਤੋਂ ਉੱਤੇ ਵਿਚਾਰਿਆਂ ਦੀ ਮੌਤ ਹੋ ਗਈ ਆ, ਹੈ ਨਾ, ਉਹਨਾਂ ਨੇ ਕੁਰਬਾਨੀ ਦੇ ਦਿੱਤੀ, ਕਿ ਗਵਰਨਮੈਂਟ ਦਾ ਕੋਈ ਦਿਲ ਹੈਗਾ, ਤੁਹਾਨੂੰ ਲੱਗਦਾ ਕੋਈ ਦਿਲ ਹੈਗਾ? ਜੇ ਲੱਖ ਬੰਦਾ ਮਰ ਗਿਆ, ਤੁਹਾਨੂੰ ਲੱਗਦਾ ਕੋਈ ਦਿਲ ਹੈਗਾ? ਹੈ, ਹੁਣ ਆਪਣੇ ਲੋਕ ਸਾਰੀ ਜਗ੍ਹਾ 'ਤੇ ਪ੍ਰੋਟੈਸਟ ਕਰਦੇ, ਅਮੈਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ, ਸਾਰੀਆਂ ਜਗ੍ਹਾ 'ਤੇ ਆਪਣੇ ਲੋਕ, ਹੈ ਨਾ, ਝੰਡੇ ਲੈ ਕੇ ਜਾਣ ਡੇ ਆ, ਟਰੈਕਟਰ ਗੱਡੀਆਂ ਲੈ ਕੇ ਜਾਣ ਡੇ ਆ, ਪਰ ਕੀ ਇੰਡੀਆ
ਇੰਡੀਆ ਦੇ ਵਿੱਚ ਕੀ ਗਵਰਨਮੈਂਟ ਨੇ ਕਰ ਲਿਆ ਉਹਨਾਂ ਲਈ, ਹੈ ਨਾ? ਹਜੇ ਤੱਕ ਮਾੜਾ ਜਿਹਾ ਉਹਨਾਂ ਨੇ ਤੁਹਾਨੂੰ ਤੁਹਾਨੂੰ ਸੈਂਟੀਮੀਟਰ ਵੀ ਨਹੀਂ ਦਿੱਤਾ, ਹੈ ਨਾ? ਤੁਸੀਂ ਉਹਨਾਂ ਕੋਲ ਕਿਲੋਮੀਟਰ ਮੰਗਣ ਡਏ ਆ, ਹੈ ਨਾ? ਸੋ ਇੱਦਾਂ ਉਮੀਦ ਨਹੀਂ ਰੱਖਣੀ। ਪੁਲਿਸ ਵਾਲੇ, ਹਾਂ ਤੁਸੀਂ ਕਹਿ ਸਕਦੇ ਨਹੀਂ ਪੁਲਿਸ ਵਾਲੇ ਹੈਗੇ ਆ ਵੀਰੇ, ਪੁਲਿਸ ਵਾਲੇ ਦੇ ਵਿੱਚ ਤੁਹਾਡੇ ਵਿੱਚ ਇੰਨਾ ਫਰਕ ਆ ਕਿ ਉਹਦੇ ਕੋਲ ਇੱਕ ਬੈਜ ਆ ਅਤੇ ਉਹਨੂੰ 10 ਮਿੰਟ ਲੱਗਣੇ ਤੁਹਾਡੇ ਤੱਕ ਪਹੁੰਚਣ ਨੂੰ। ਪਰ ਜੇ ਇਸ ਵੇਲੇ ਆਪਾਂ ਨੂੰ ਕੋਈ ਮੁਸੀਬਤ ਆ, ਆਪਾਂ ਉਸੇ ਵੇਲੇ ਉਹਨੂੰ ਆਪ ਸੰਭਾਲ ਸਕਦੇ ਹਾਂ, ਹੈ ਨਾ? ਇਹ ਤੁਹਾਡੀ ਗਾਡ ਗਿਵਨ ਰਾਈਟ ਆ, ਤੁਸੀਂ ਆਪਣੀ ਆਪ ਨੂੰ ਬਚਾਓ, ਆਪਣੀ ਫੈਮਿਲੀ ਨੂੰ ਤੁਸੀਂ ਪ੍ਰੋਟੈਕਟ ਕਰ ਸਕਦੇ ਹਾਂ, ਹੈ ਨਾ? ਸੋ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ। ਜੇ ਤੁਹਾਡੀ ਸੋਚ ਆ ਕਿ ਨਹੀਂ ਪੁਲਿਸ ਵਾਲੇ ਨੂੰ ਕਾਲ ਕਰੋ, 911, ਹੈ ਨਾ, ਜਾਂ ਜੋ ਵੀ ਇੰਡੀਆ ਦੇ ਵਿੱਚ ਵੀ ਨੰਬਰ ਹੋਊਗਾ, ਤੁਸੀਂ ਉਹਨਾਂ ਨੂੰ ਕਾਲ ਕਰੋ, ਉਹਨਾਂ ਨੇ ਆ ਜਾਣਾ। ਕਿੰਨਾ ਟਾਈਮ ਲੱਗੂਗਾ ਉਹਨਾਂ ਨੂੰ, ਹੈ ਨਾ? ਜੇ ਉਹਨਾਂ ਨੂੰ 5 ਮਿੰਟ ਲੱਗਦੇ ਆ, 10 ਮਿੰਟ 'ਚ ਲੱਗਦੇ ਆ, ਤੁਸੀਂ ਸੋਚੋ ਜੇ ਬੰਦਾ ਇੱਕ ਜਣਾ ਬੰਦੂਕ ਲੈ ਕੇ ਤੁਹਾਡੇ ਘਰ ਆਉਂਦਾ, ਜਾਂ ਚਾਕੂ ਲੈ ਕੇ, ਕੁਛ ਕਰਦ ਲੈ ਕੇ, ਛੁਰੀ ਲੈ ਕੇ, ਜੋ ਵੀ ਆ, ਹੈ ਨਾ, ਪੱਥਰ ਲੈ ਕੇ, ਅਤੇ 5 ਮਿੰਟ ਦੇ ਵਿੱਚ ਕਿੰਨੀ ਡੈਮੇਜ ਕਰ ਸਕਦਾ? ਕੋਈ ਬਚੂਗਾ ਤੁਹਾਡੇ ਪਰਿਵਾਰ ਦੇ ਵਿੱਚ? ਕੋਈ ਜਗ੍ਹਾ ਹੈਗੀ ਤੁਹਾਡੇ ਘਰ ਦੇ ਵਿੱਚ ਜੇ ਮੇਰੇ ਕੋਲ 10 ਮਿੰਟ ਹੋਣ, ਮੈਂ ਤੁਹਾਨੂੰ ਨਾ ਲੱਭ ਸਕਾਂ, ਹੈ ਨਾ? ਸੋ ਇੱਦਾਂ ਤੁਸੀਂ ਸੋਚੋ। ਤੁਹਾਡੇ ਵਿੱਚ ਅਤੇ ਪੁਲਿਸ ਵਾਲੇ ਦੇ ਵਿੱਚ ਬਸ ਇੰਨਾ ਫਰਕ ਆ ਕਿ ਤੁਹਾਡੇ ਕੋਲ ਬੈਜ ਨਹੀਂ ਆ ਅਤੇ ਪੁਲਿਸ ਵਾਲੇ ਕੋਲ ਬੈਜ ਆ, ਅਤੇ ਤੁਸੀਂ ਉਸ ਵੇਲੇ ਉੱਥੇ ਆ ਅਤੇ ਪੁਲਿਸ ਵਾਲੇ ਨੂੰ 10 ਮਿੰਟ ਲੱਗਣੇ ਆ, ਹੈ ਨਾ? ਜੇ ਤੁਹਾਡੀ ਸੋਚ ਇੱਦਾਂ ਦੀ ਆ ਕਿ ਨਹੀਂ ਪੁਲਿਸ ਵਾਲੇ ਕੋਲ ਟ੍ਰੇਨਿੰਗ ਆ, ਉਹ ਪ੍ਰੋਫੈਸ਼ਨਲ ਆ, ਉਹਨਾਂ ਨੇ ਇੱਦਾਂ ਕਰ ਦੇਣਾ, ਉਹਨਾਂ ਨੇ ਉੱਦਾਂ ਕਰ ਦੇਣਾ, ਵੀਰੋ ਪਹਿਲਾਂ ਮੈਂ ਐਕਸਪਲੇਨ ਕਰਾਂ, ਜੇ ਮੇਰੇ ਕੋਲ 20 ਦੋਸਤ ਆ, ਉਹਨਾਂ ਦੇ ਵਿੱਚੋਂ 12-13 ਪੁਲਿਸ ਵਾਲੇ ਹੋਣੇ ਆ, ਨਾ? ਸੋ ਮੇਰੇ ਦਿਲ ਦੇ ਵਿੱਚ ਉਹਨਾਂ ਦੇ ਬਾਰੇ ਕੁਛ ਬੁਰਾ ਨਹੀਂ ਹੈਗਾ, ਪਰ ਮੈਂ ਤੁਹਾਨੂੰ ਬਸ ਇੰਨਾ ਸਮਝਾਉਣਾ ਚਾਹੁੰਦਾ। ਤੁਸੀਂ ਐਗਜ਼ਾਮਪਲਸ ਦੇਖੋ, ਇਹਦੇ ਵਿੱਚ ਇੱਥੇ ਅਮੈਰੀਕਾ ਦੇ ਵਿੱਚ ਸਕੂਲ ਸ਼ੂਟਿੰਗਸ ਹੁੰਦੀਆਂ ਸੀਗੀਆਂ, ਪੁਲਿਸ ਵਾਲੇ ਸੀਗੇ, ਸਿਕਿਉਰਟੀ ਗਾਰਡ ਸੀਗੇ, ਜਿਹੜੇ ਅੰਦਰ ਨਹੀਂ ਗਏ, ਹੈ ਨਾ, ਡਰਦੇ ਬਾਹਰ ਰਹਿ ਗਏ। ਪਰ ਹੁਣ ਦੂਜੇ ਐਗਜ਼ਾਮਪਲਸ ਵੀ ਹੈਗੇ, ਆਪਣੇ ਗੁਰਦੁਆਰੇ ਦੇ ਵਿੱਚ ਸ਼ੂਟਿੰਗ ਹੋਣ ਡਈ, ਪੁਲਿਸ ਵਾਲੇ ਭੱਜ ਗਏ, ਅੰਦਰ ਗਏ, ਉਹਨਾਂ ਨੇ ਗੋਲੀਆਂ ਆਪਣੇ ਸਰੀਰ ਦੇ ਉੱਤੇ ਸਹੀਆਂ, ਹੈ ਨਾ, ਅਤੇ ਮਹੀਂ ਕਿਤੇ ਬਚੇ, ਹੈ ਨਾ, ਹੀਰੋ ਵੀ ਹੈਗੇ ਆ। ਪਰ ਇੱਦਾਂ ਨਾ ਸੋਚੋ ਕਿ ਉਹਨਾਂ ਦੇ ਵਿੱਚ ਤੁਹਾਡੇ ਵਿੱਚ ਕਾਫੀ ਫਰਕ ਆ। ਜੇ ਤੁਸੀਂ ਕਹਿੰਦੇ ਨਹੀਂ ਉਹਨਾਂ ਨੂੰ ਗੋਲੀ ਚਲਾਉਣੀ ਆਉਂਦੀ, ਉਹਨਾਂ ਕੋਲ ਟ੍ਰੇਨਿੰਗ ਆ, ਵੀਰੇ ਉਹਨਾਂ ਦੀ ਟ੍ਰੇਨਿੰਗ 2 ਹਫ਼ਤੇ ਦੀ ਹੁੰਦੀ ਆ, 2 ਹਫ਼ਤੇ ਦੇ ਵਿੱਚ 10 ਦਿਨ ਮਤਲਬ ਉਹਨਾਂ ਨੇ ਟ੍ਰੇਨਿੰਗ ਕਰਨੀ ਆ, ਹੈ ਨਾ, ਅਤੇ ਉਹਦੇ ਵਿੱਚ ਸਿਰਫ ਉਹਨਾਂ ਨੇ 600 ਗੋਲੀਆਂ ਚਲਾਉਣੀਆਂ, ਸਿਰਫ 600, ਹੈ ਨਾ। ਜੇ ਹੁਣ ਮੈਂ ਜਿੱਦਾਂ ਰੇਂਜ ਦੇ ਵਿੱਚ ਜਾਣ ਡਿਆ ਤੁਹਾਨੂੰ ਵੀਡੀਓ ਦਿਖਾਉਣ ਦੇ ਵਿੱਚ, ਅਤੇ 600 ਦਿਨ ਜੇ ਮੇਰੇ ਨਾਲ 2-3 ਜਾਣੇ ਹੋਣ, ਅਤੇ 600 ਆਪਾਂ 1 ਦਿਨ ਦੇ ਵਿੱਚ ਹੀ ਗੋਲੀਆਂ ਭੁੰਨ ਦਿੰਦੀਆਂ, ਹੈ ਨਾ। ਸੋ ਇੱਦਾਂ ਨਾ ਸੋਚੋ ਕਿ ਨਹੀਂ ਉਹਨਾਂ ਕੋਲ ਬਹੁਤ ਵੱਡੀ ਟ੍ਰੇਨਿੰਗ ਆ। ਜੇ ਤੁਸੀਂ ਹੁਣ ਮੈਂ ਉਹਨਾਂ ਦੀ ਰੇਂਜ ਦੇ ਵਿੱਚ ਵੀ ਗਿਆ ਆ, ਉਹਨਾਂ ਦੀ ਰੇਂਜ ਦੇ ਵਿੱਚ ਜਾਓ, ਅੱਧੀਆਂ ਗੋਲੀਆਂ ਉੱਤੇ ਲੱਗੀਆਂ ਹੁੰਦੀਆਂ ਛੱਤ ਦੇ ਵਿੱਚ, ਹੈ ਨਾ। ਸੋ ਇੱਦਾਂ ਨਾ ਸੋਚਿਓ ਕਿ ਐਕਸਪਰਟਸ ਆ, ਪਰ ਇੱਦਾਂ ਵੀ ਨਹੀਂ ਮੈਂ ਕਹਿੰਦਾ ਕਿ ਪੁਲਿਸ ਵਾਲੇ ਮਾੜੇ ਆ। ਮੈਂ ਬਸ ਇੱਦਾਂ ਕਹਿੰਦਾ ਕਿ ਤੁਸੀਂ ਆਪਣੇ ਆਪ ਵਿੱਚ ਵੀ ਥੋੜ੍ਹਾ ਯਕੀਨ ਕਰੋ। ਜੇ ਤੁਹਾਡੇ ਕੋਲ ਆਪਣੇ ਆਪ ਵਿੱਚ ਨਹੀਂ ਯਕੀਨ ਹੈਗਾ, ਤੁਸੀਂ ਮੇਰੇ ਵਰਗੇ ਕੋਈ ਯਾਰ ਬੇਲੀ ਲੱਭੋ, ਅਤੇ ਉਹਨਾਂ ਦੇ ਨਾਲ ਮਾੜਾ ਮੋਟਾ ਰੇਂਜ 'ਤੇ ਜਾਇਆ ਕਰੋ, ਹੈ ਨਾ। ਇਹ ਬਹੁਤ ਵੱਡੀ ਗੱਲ ਹੋ ਸਕਦੀ ਆਪਣੇ ਲਈ। ਹੁਣ ਜੇ ਮੇਰੇ 5-6 ਯਾਰ ਦੋਸਤ ਆ, ਹੈ ਨਾ, ਜਿਹੜੇ ਜਿਹਨਾਂ ਦੇ ਵਿੱਚ 1-2 ਨਵੇਂ ਵੀ ਹੋ ਸਕਦੇ ਆ, ਯਾਰ ਜੇ ਆਪਾਂ ਕਹੀਏ ਕਿ ਮਹੀਨੇ ਦੇ ਵਿੱਚ ਆਪਾਂ 1 ਵਾਰੀ ਜਾਂ 2 ਵਾਰੀ ਜਾਂ 3 ਵਾਰੀ 4 ਵਾਰੀ ਆਪਾਂ ਇਕੱਠਿਆਂ ਨੇ ਮਿਲਣਾ, ਹੈ ਨਾ, ਅਤੇ ਸਾਰੇ ਸੇਫ ਆ, ਹੈ ਨਾ, ਇੱਕ ਦੂਸਰੇ ਤੋਂ ਚੀਜ਼ਾਂ ਸਿੱਖ ਸਕਾਂਗੇ, ਆਪਾਂ ਰੇਂਜ 'ਚ ਜਾਇਆ ਕਰੀਏ, ਹੈ ਨਾ, ਬਹੁਤ ਮਜ਼ਾ ਆਉਂਦਾ ਆ ਯਾਰ। ਜਿੱਦਾਂ ਆਪਣੇ ਲੋਕ ਬਹਿ ਕੇ ਖਾ ਪੀ ਲੈਂਦੇ ਆ, ਹੈ ਨਾ, ਉਹ ਤੋਂ ਵਧੀਆ ਆ ਤੁਸੀਂ ਕੁਛ ਵਧੀਆ ਕੰਮ ਕਰਨ ਡਏ ਆ, ਹੈ ਨਾ, ਤੁਸੀਂ ਆਪਣੇ ਆਪ ਨੂੰ ਤਿਆਰ ਕਰਨ ਡਏ ਆ, ਇਹ ਆਪਣੇ ਲਈ ਬਹੁਤ ਫਾਇਦੇਮੰਦ ਹੋ ਸਕਦਾ, ਹੈ ਨਾ। ਇੱਦਾਂ ਦੀ ਚੀਜ਼ ਜ਼ਰੂਰ ਕਰਿਆ ਕਰੋ। ਵੀਰੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ, ਹੁਣ ਮੈਂ ਤੁਹਾਨੂੰ ਇੱਕ ਪਰਫੈਕਟ ਐਗਜ਼ਾਮਪਲ ਦੇਵਾਂ। ਇੱਥੇ ਰਾਈਟਿੰਗ ਹੋਣ ਡਈ ਸੀਗੀ, ਹੈ ਨਾ, ਇੰਨਾ ਟਾਈਮ ਨਹੀਂ ਹਜੇ ਬੀਤਿਆ ਜਿਹਦੀ ਮੈਂ ਗੱਲ ਕਰਨ ਡਿਆ, ਅਤੇ ਕਾਫੀ ਦੁਕਾਨਾਂ ਨੂੰ ਲੁੱਟਣ ਡਏ ਸੀਗੇ, ਹੈ ਨਾ, ਉਹਨਾਂ ਨੂੰ ਅੱਗ ਲਾਈ ਜਾਂਦੇ ਸੀਗੇ, ਅਤੇ ਯਾਰ ਨਿਊਜ਼ ਪੇਪਰ ਦੇ ਵਿੱਚ ਜਾਂ ਮੈਂ ਕਿਤੇ ਨਾ ਫੋਟੋ ਦੇਖੀ, ਆਪਣੇ 3 ਮੁੰਡੇ ਸੀਗੇ, ਇੱਕ ਮੁੰਡਾ ਸਰਦਾਰ ਸੀ, 2 ਮੁੰਡੇ ਮੋਨੇ ਸੀਗੇ, ਇੱਕ ਦੂਸਰੇ ਨੂੰ ਪਤਾ ਸੀ ਮੈਨੂੰ ਲੱਗਦਾ ਫੋਟੋ 'ਚ, ਕਿ ਚੰਗੀ ਤਰ੍ਹਾਂ ਜਾਣਦੇ ਆ ਨਾ, ਅਤੇ ਯਾਰ ਇੰਨਾ ਦਿਲ ਉਹਨਾਂ ਨੇ ਮੇਰਾ ਖੁਸ਼ ਕੀਤਾ, ਹੈ ਨਾ। ਮੈਨੂੰ ਹਜੇ ਵੀ ਸਭ ਕੁਛ ਯਾਦ ਆ, ਇੱਕ ਕੋਲ ਹਨੀ ਬੈਜਰ ਪਿਸਟਲ ਸੀਗਾ, ਦੋਵਾਂ ਕੋਲ ਜਾਂ SBR ਸੀ, ਦੋਵਾਂ ਕੋਲ AR ਪਿਸਟਲ ਸੀਗੇ, ਵਧੀਆ ਆਪਟਿਕਸ ਲਾਏ ਸੀਗੇ, ਦੋਵਾਂ ਦੇ ਉੱਪਰ EOTech ਸੀ, ਮੈਗਜ਼ੀਨ ਵਧੀਆ ਸੀਗੇ, ਲੈਂਸਰ ਦਾ ਜਾਮਣੀ ਰੰਗ ਦਾ L5, ਹੈ ਨਾ, ਇੱਕ ਕੋਲ ਮੈਕਬੁੱਲ ਦਾ ਡਰਮ ਮੈਗਜ਼ੀਨ ਸੀਗਾ। ਜਿੱਦਾਂ ਉਹਨਾਂ ਨੇ ਉਂਗਲੀਆਂ, ਹੈ ਨਾ, ਟ੍ਰਿਗਰ ਤੋਂ ਬਾਹਰ ਰੱਖੀਆਂ ਸੀਗੀਆਂ, ਜਿੱਦਾਂ ਉਂਗਲੀ ਉਹਨਾਂ ਦੀ ਬੈਠੀ ਸੀ, ਜਿੱਦਾਂ ਉਹਨਾਂ ਨੇ ਬੰਦੂਕ ਨੂੰ, ਰਾਈਫਲ ਨੂੰ ਫੜਿਆ ਸੀ, ਉਸੇ ਵੇਲੇ ਪਤਾ ਲੱਗ ਜਾਂਦਾ ਯਾਰ ਇਹ ਮੁੰਡੇ ਸਹੀ ਆ, ਹੈ ਨਾ, ਇਹ ਮੁੰਡੇ ਸਹੀ ਕੰਮ ਕਰਨ ਆਏ ਆ, ਇਹ ਅੱਗੇ ਖਲੋਤੇ ਆ। ਇੱਦਾਂ ਨਹੀਂ ਕਿ ਅਸੀਂ ਤੁਹਾਨੂੰ ਗੋਲੀ ਮਾਰੋਂਗੇ, ਅਸੀਂ ਇੱਥੇ ਕੰਮ ਖਰਾਬ ਕਰਨ ਆਏ ਹਾਂ, ਬਸ ਇੱਦਾਂ ਕਿ ਜੇ ਤੁਸੀਂ ਇੱਥੇ ਸਾਡੇ ਨਾਲ ਪੰਗਾ ਲਿਆ ਤਾਂ ਪ੍ਰੋਬਲਮ ਆ ਸਕੂਗੀ, ਹੈ ਨਾ, ਕਿਸੇ ਨੇ ਉਹਨਾਂ ਨੂੰ ਛੇੜਿਆ ਨਹੀਂ। ਵੀਰੇ ਜੇ ਮੈਂ ਤੁਹਾਨੂੰ ਕਦੀ ਮਿਲਿਆ, ਹੈ ਨਾ, ਜੇ ਆਪਾਂ ਨੂੰ ਕਦੀ ਚਾਂਸ ਮਿਲਿਆ, ਮੈਂ ਹੱਥ ਤੁਹਾਡੇ ਨਾਲ ਮਿਲਾਉਂਗਾ, ਜੱਫੀ ਪਾਊਂਗਾ, ਜੇ ਕਰੋਨਾ ਨਾ ਹੋਈ ਤਾਂ ਹੋਰ ਕੰਮ ਵੀ ਤੁਹਾਡੇ ਨਾਲ ਕਰੂੰਗਾ,
ਪਰ ਯਾਰ ਬਹੁਤ ਮੈਨੂੰ ਮੈਨੂੰ ਬਹੁਤ ਖੁਸ਼ ਕੀਤਾ ਨਾ ਮੈਂ ਬਸ ਇੱਦਾਂ ਹੀ ਚਾਹੁੰਦਾ ਕਿ ਆਪਣੇ ਲੋਕ ਬਸ ਇੱਦਾਂ ਤਿਆਰ ਹੋਣ ਜੇ ਆਪਾਂ ਨੂੰ ਕੋਈ ਖਤਰਾ ਆਇਆ ਨਾ ਤਾਂ ਆਪਾਂ ਗੁਰਦੁਆਰੇ ਨੂੰ ਆਪਾਂ ਪ੍ਰੋਟੈਕਟ ਕਰ ਸਕੀਏ ਆਪਣੇ ਘਰਾਂ ਨੂੰ ਪ੍ਰੋਟੈਕਟ ਕਰ ਸਕੀਏ ਆਪਣੇ ਬਿਜ਼ਨਸਿਸ ਨੂੰ ਪ੍ਰੋਟੈਕਟ ਕਰ ਸਕੀਏ ਯਾਰ ਆਪਾਂ ਬਹੁਤ ਨਵੀਂ ਕੌਮ ਆ ਹੈ ਨਾ ਆਪਾਂ ਬਹੁਤ ਛੋਟੀ ਕੌਮ ਆਪਾਂ ਨਿਆਣੇ ਆਪਾਂ ਬੇਬੀ ਹਾਂ ਹੈ ਨਾ ਪਰ ਸੋ ਲੋਕ ਸੋਚੂਗੇ ਕਿ ਨਹੀਂ ਇਹ ਬਹੁਤ ਕਮਜ਼ੋਰ ਆ ਆਪਾਂ ਇੱਦਾਂ ਨਹੀਂ ਚਾਹੁੰਦੇ ਆਪਾਂ ਨੂੰ ਇਹ ਚੀਜ਼ ਬਦਲਣੀ ਚਾਹੀਦੀ ਆ ਜੇ ਲੋਕ ਦੇਖਣ ਆਪਾਂ ਨੂੰ ਹੈ ਨਾ ਅਤੇ ਦੇਖਣ ਹਾਂ ਵੀ ਮੁੰਡਾ ਸਰਦਾਰ ਆ ਜਾਂ ਸਿੱਖ ਆ ਜਾਂ ਇੱਦਾਂ ਉਹ ਪਿੱਛੇ ਹਟਣ ਮਾੜਾ ਜਿਹਾ ਅਤੇ ਚੰਗੀ ਤਰ੍ਹਾਂ ਦੇਖਣ ਅਤੇ ਸੋਚਣ ਨਹੀਂ ਇਹਨਾਂ 'ਚ ਜਾਨ ਹੈਗੀ ਆ ਜਦੋਂ ਤੁਸੀਂ ਇਸ ਦੁਨੀਆਂ ਦੇ ਵਿੱਚ ਆਏ ਸੀਗੇ ਤੁਹਾਨੂੰ ਨਾਂ ਤਾਂ ਆਟੋਮੈਟਿਕਲੀ ਮਿਲ ਗਿਆ ਸੀਗਾ ਸਿੰਘ ਕੌਰ ਹੈ ਨਾ ਸ਼ੇਰ ਸ਼ੇਰਨੀ ਪਰ ਇਹਦੇ ਪਿੱਛੇ ਕੋਈ ਮਤਲਬ ਵੀ ਹੈਗਾ ਇਹ ਸੋਚਣਾ ਚਾਹੀਦਾ ਆ ਗਿਆ ਆਪਾਂ ਰੇਂਜ 'ਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਕਿ ਰਿਵੋਲਵਰ ਫੜੀ ਦੇ ਕਿੱਦਾਂ ਆ ਜੇ ਤੁਸੀਂ ਸਾਡੀ ਗਲੋਕ ਵਾਲੀ ਵੀਡੀਓ ਦੇਖੀ ਸੀ ਆਈਡੀਆ ਆਪਣਾ ਉਹ ਹੀ ਆ ਕਿ ਤੁਸੀਂ ਇਹਨੂੰ ਕਿੱਦਾਂ ਫੜਨਾ ਹੈ ਨਾ ਜਿੰਨਾ ਤੁਹਾਡਾ ਹੱਥ ਰਿਵੋਲਵਰ 'ਤੇ ਲੱਗ ਸਕੇ ਉਨਾ ਤੁਸੀਂ ਚਾਹੁੰਦੇ ਆ ਇਹਦੇ ਨਾਲ ਤੁਸੀਂ ਇਹਨੂੰ ਸੰਭਾਲ ਸਕੋਗੇ ਹੈ ਨਾ ਚੰਗੀ ਤਰ੍ਹਾਂ ਤੁਹਾਡਾ ਰੀਕੋਇਲ ਇੱਦਾਂ ਘਟੂਗਾ ਹੈ ਨਾ ਸੋ ਆਈਡੀਆ ਸੇਮ ਆ ਤਿੰਨ ਉਂਗਲਾਂ ਥੱਲੇ ਇੱਕ ਤੁਹਾਡੀ ਟਰਿਗਰ ਵਾਲੀ ਉੱਪਰ ਅੰਗੂਠਾ ਉੱਤੋਂ ਦੀ ਹੈ ਨਾ ਦੂਜਾ ਹੱਥ ਤੁਸੀਂ ਲੈ ਕੇ ਆਉਣਾ ਅਤੇ ਜਿੰਨਾ ਤੁਸੀਂ ਇੱਥੇ ਹੱਥ ਲਾ ਸਕੋਗੇ ਤੁਸੀਂ ਇੱਥੋਂ ਹੱਥ ਲਾਉਣਾ ਹੈ ਨਾ ਸੋ ਤੁਸੀਂ ਇੱਦਾਂ ਹੱਥ ਲਾਇਆ ਤਾਂ ਤੁਸੀਂ ਇੱਦਾਂ ਤਿਆਰ ਆ ਹੈ ਨਾ ਪਰ ਹੁਣ ਇਹ ਕਿੱਥੇ ਪ੍ਰੋਬਲਮ ਆ ਪ੍ਰੋਬਲਮ ਇਹ ਆ ਕਿ ਜਦੋਂ ਤੁਸੀਂ ਇਹਨੂੰ ਸ਼ੂਟ ਕੀਤਾ ਇਸ ਜਗ੍ਹਾ ਤੋਂ ਜਿੱਥੇ ਗੋਲੀ ਬਾਹਰ ਨਿਕਲਦੀ ਆ ਜਿੱਥੇ ਬੈਰਲ ਅਤੇ ਸਿਲੰਡਰ ਜਾ ਕੇ ਜੁੜਦੇ ਆ ਉੱਥੋਂ ਹਵਾ ਕਾਫੀ ਨਿਕਲਦੀ ਆ ਨਾ ਜਦੋਂ ਤੁਸੀਂ ਗੋਲੀ ਚਲਾਈ ਇੱਥੋਂ ਗੈਸਿਸ ਬਹੁਤ ਨਿਕਲਣੀਆਂ ਸੋ ਜੇ ਤੁਹਾਡੀ ਉਂਗਲ ਇੱਥੇ ਹੋਈ ਤੁਹਾਨੂੰ ਸੱਟ ਲੱਗ ਸਕਦੀ ਆ ਇੱਦਾਂ ਨਹੀਂ ਮੈਂ ਕਹਿੰਦਾ ਕਿ ਤੁਹਾਡੀ ਉਂਗਲ ਟੁੱਟ ਜੂਗੀ ਜਾਂ ਲੱਥ ਜੂਗੀ ਦਾਗੀ ਜ਼ਰੂਰ ਲੱਗ ਸਕਦੀ ਆ ਖੂਨ ਨਿਕਲ ਸਕਦਾ ਮੇਰੇ ਨਾਲ ਵੀ ਇੱਕ ਦੋ ਵਾਰੀ ਹੋਇਆ ਸੋ ਜਦੋਂ ਤੁਸੀਂ ਇਹਨੂੰ ਇੱਦਾਂ ਫੜਨਾ ਆ ਤੁਹਾਡਾ ਜਿਹੜਾ ਆਹ ਅੰਗੂਠਾ ਆ ਲੈਫਟ ਹੈਂਡ ਦਾ ਇਹਨੂੰ ਤੁਸੀਂ ਥੱਲੇ ਨੂੰ ਕਰ ਲੈਣਾ ਹੈ ਨਾ ਬਾਲਾ ਥੱਲੇ ਵੀ ਨਾ ਕਰਿਓ ਕਿ ਤੁਸੀਂ ਹੁਣ ਟਰਿਗਰ ਨੂੰ ਹੱਥ ਲਾਉਣ ਡਏ ਆ ਹੈ ਨਾ ਤੁਸੀਂ ਬਸ ਇੰਨਾ ਕਰਨਾ ਕਿ ਤੁਹਾਡੀ ਜਿਹੜੀ ਇੱਥੋਂ ਧੂੰਆਂ ਨਿਕਲਣਾ ਆ ਜਿਹੜੀ ਇੱਥੋਂ ਗੈਸ ਨਿਕਲਣੀ ਆ ਜਿਹੜੀ ਇੱਥੋਂ ਹਵਾ ਨਿਕਲਣੀ ਆ ਉਹ ਨਾ ਤੁਹਾਨੂੰ ਹਰਟ ਕਰੇ ਹੈ ਨਾ ਸੋ ਤੁਸੀਂ ਇੱਦਾਂ ਕਰਨਾ ਜੇ ਤੁਸੀਂ ਹਮੇਸ਼ਾ ਪਿਸਤਲ ਚਲਾਉਂਦੇ ਰਹੇ ਆ ਤਾਂ ਤੁਸੀਂ ਹੁਣ ਰਿਵੋਲਵਰ ਫੜਿਆ ਤੁਹਾਨੂੰ ਇਹਦਾ ਟਰਿਗਰ ਥੋੜ੍ਹਾ ਅਜੀਬ ਲੱਗੂਗਾ ਨਾ ਨਿਸ਼ਾਨਾ ਥੋੜ੍ਹਾ ਅਜੀਬ ਲੱਗਣਾ ਤੁਹਾਡਾ ਮੈਂ ਤੁਹਾਨੂੰ ਸਮਝਾਉਣਾ ਕਿਉਂ ਜੇ ਤੁਹਾਡੇ ਕੋਲ ਇੱਦਾਂ ਦਾ ਪਿਸਤਲ ਆ ਅਤੇ ਇਹਦੇ ਮੈਗਜ਼ੀਨ ਦੇ ਵਿੱਚ ਕੁਛ ਨਹੀਂ ਆ ਇਹਦੀ ਬੈਰਲ ਦੇ ਵਿੱਚ ਕੁਛ ਨਹੀਂ ਆ ਅਤੇ ਤੁਸੀਂ ਇਹਦਾ ਟਰਿਗਰ ਖਿੱਚੋਗੇ ਅਤੇ ਇਹਨੇ ਇੱਕ ਜਗ੍ਹਾ 'ਤੇ ਜਾ ਕੇ ਰੁਕ ਜਾਣਾ ਹੈ ਨਾ ਜਦੋਂ ਤੁਸੀਂ ਇਹਨੂੰ ਪਿੱਛੇ ਨੂੰ ਲੱਭਿਆ ਅਤੇ ਫਿਰ ਜਦੋਂ ਤੁਸੀਂ ਉਹ ਤੋਂ ਅੱਗੇ ਜ਼ੋਰ ਲਾਓਗੇ ਤੁਹਾਡੀ ਗੋਲੀ ਚੱਲੂਗੀ ਹੈ ਨਾ ਰਿਵੋਲਵਰਸ ਦੇ ਵਿੱਚ ਇੱਦਾਂ ਨਹੀਂ ਆ ਮੈਂ ਤੁਹਾਨੂੰ ਦੱਸਣਾ ਸੋ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਕਿ ਰਿਵੋਲਵਰ ਕਲੀਅਰ ਆ ਸੋ ਰਿਵੋਲਵਰ ਦੇ ਵਿੱਚ ਜਦੋਂ ਤੁਸੀਂ ਟਰਿਗਰ ਖਿੱਚਦੇ ਆ ਇਹਨੇ ਉਨਾ ਚਿਰ ਪਿੱਛੇ ਜਾਈ ਜਾਣਾ ਜਿੰਨਾ ਚਿਰ ਤੁਹਾਡਾ ਟਰਿਗਰ ਨਾ ਡਿੱਗਿਆ ਹੈ ਨਾ ਸੋ ਇਹਦੇ ਵਿੱਚ ਕਿਤੇ ਵੀ ਟਰਿਗਰ ਨੇ ਜਾ ਕੇ ਰੁਕਣਾ ਨਹੀਂ ਆ ਸੋ ਤੁਹਾਨੂੰ ਉਦੋਂ ਹੀ ਪਤਾ ਲੱਗਣਾ ਜਦੋਂ ਟਰਿਗਰ ਥੱਲੇ ਡਿੱਗੂਗਾ ਅਤੇ ਗੋਲੀ ਚੱਲੂਗੀ ਸੋ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਜਦੋਂ ਤੁਸੀਂ ਕੋਈ ਵੀ ਸਾਡੀ ਵੀਡੀਓ ਦੇਖ ਲਓ ਨਾ ਮੈਂ ਕੋਈ ਰਿਵੋਲਵਰ ਚਲਾਉਂਦਾ ਰਿਵੋਲਵਰ ਤਾਂ ਹਜੇ ਚਲਾਏ ਨਹੀਂ ਕੋਈ ਪਿਸਤਲ ਚਲਾਉਂਦਾ ਹੋਊਗਾ ਕੋਈ ਰਾਈਫਲ ਚਲਾਉਂਦਾ ਹੋਊਗਾ ਤੁਸੀਂ ਦੇਖੋਗੇ ਮੈਂ ਅੱਖਾਂ ਨਹੀਂ ਇੰਨਾ ਚਮਕਦਾ ਇੱਦਾਂ ਨਹੀਂ ਕਿ ਮੇਰੇ ਵਿੱਚ ਜ਼ਿਆਦਾ ਜਾਨ ਆ ਤੁਹਾਡੇ 'ਚ ਨਹੀਂ ਆ ਇੱਦਾਂ ਕੁਛ ਨਹੀਂ ਇਹ ਬਸ ਐਕਸਪੀਰੀਅੰਸ ਤੋਂ ਆਉਂਦਾ ਆ ਜਿੰਨੀਆਂ ਤੁਸੀਂ ਗੋਲੀ ਚਲਾਓਗੇ ਤੁਹਾਨੂੰ ਉਸ ਧਮਾਕੇ ਤੋਂ ਜੋ ਉਸ ਉਸ ਜਿਹੜੀ ਐਨਰਜੀ ਹੁੰਦੀ ਹੈ ਉਹ ਤੋਂ ਤੁਹਾਨੂੰ ਡਰ ਨਹੀਂ ਲੱਗਦਾ ਤੁਹਾਨੂੰ ਪਤਾ ਕਿ ਤੁਸੀਂ ਕੰਟਰੋਲ ਦੇ ਵਿੱਚ ਆ ਸੋ ਤੁਸੀਂ ਅੱਖ ਸਿੱਧੀ ਖੁੱਲ੍ਹੀਆਂ ਰੱਖ ਸਕਦੇ ਹੋ ਦੋਵੇਂ ਖੁੱਲ੍ਹੀਆਂ ਰੱਖ ਸਕਦੇ ਹੋ ਨਾ ਸੋ ਇਹਦੇ ਵਿੱਚ ਥੋੜ੍ਹੀ ਡਿਫੀਕਲਟੀ ਆਉਂਦੀ ਹੈ ਬਿਕਾਜ਼ ਇਹਦੇ ਵਿੱਚ ਪਤਾ ਨਹੀਂ ਤੁਹਾਨੂੰ ਕਿ ਤੁਹਾਡਾ ਡਿੱਗਣਾ ਕਦੋਂ ਆ ਤੁਹਾਡਾ ਕਦੋਂ ਡਿੱਗਣਾ ਹੈ ਨਾ ਸੋ ਜੇ ਤੁਸੀਂ ਪ੍ਰੈਕਟਿਸ ਕਰੋਗੇ ਤੁਹਾਨੂੰ ਪਤਾ ਕਿ ਹਾਂ ਜਦੋਂ ਮੈਂ ਇੱਥੇ ਆਇਆ ਇਹਨੇ ਡਿੱਗਣਾ ਉਹ ਸਿਰਫ ਤੁਹਾਨੂੰ ਪ੍ਰੈਕਟਿਸ ਦੇ ਨਾਲ ਹੀ ਚੀਜ਼ ਤੁਸੀਂ ਬਣਾ ਸਕੋਗੇ ਆਪਣੇ ਦਿਮਾਗ ਦੇ ਵਿੱਚ ਪਿਸਤਲ ਦੇ ਵਿੱਚ ਥੋੜ੍ਹਾ ਸੌਖਾ ਆ ਨਾ ਰੈਗੂਲਰ ਪਿਸਤਲ ਦੇ ਵਿੱਚ ਕਿਉਂਕਿ ਤੁਸੀਂ ਜਿੱਦਾਂ ਮੈਂ ਕਹਿਣ ਡਿਆ ਸੀਗਾ ਇਹਨੇ ਇੱਕ ਜਗ੍ਹਾ 'ਤੇ ਜਾ ਕੇ ਰੁਕ ਜਾਣਾ ਅਤੇ ਜੇ ਤੁਸੀਂ ਉਹ ਤੋਂ ਅੱਗੇ ਖਿੱਚਿਆ ਤਾਂ ਇਹਨੇ ਚੱਲ ਪੈਣਾ ਹੈ ਨਾ ਸੋ ਇਹਦੇ ਵਿੱਚ ਮੇਰਾ ਨਿਸ਼ਾਨਾ ਬਹੁਤ ਸੋਹਣਾ ਲੱਗਦਾ ਆ ਇਹਦੇ ਵਿੱਚ ਮੈਨੂੰ ਥੋੜ੍ਹੀ ਪ੍ਰੈਕਟਿਸ ਕਰਨੀ ਪਊਗੀ ਰਿਵੋਲਵਰ ਆਪਣਾ ਖਾਲੀ ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ ਕਿ ਇਹਦੇ ਟਰਿਗਰ ਪੁੱਲ ਦੇ ਵਿੱਚ ਕਿੰਨਾ ਕੁ ਜ਼ੋਰ ਲੱਗਦਾ ਆ ਜੇ ਇਹਨੂੰ ਖਿੱਚਣਾ ਹੋਵੇ ਨਾ ਭਾਰ ਦੇ ਵਿੱਚ ਸੋ ਜੇ ਹੁਣ ਆਪਾਂ ਡਬਲ ਐਕਸ਼ਨ ਦੇ ਵਿੱਚ ਆ ਤੁਹਾਡੇ ਟਰਿਗਰ ਖਿੱਚਦੇ ਤੁਹਾਡਾ ਸਿਲੰਡਰ ਵੀ ਘੁਮਾਉਣਾ ਆ ਤੁਹਾਡੇ ਟਰਿਗਰ ਨੂੰ ਪਿੱਛੇ ਵੀ ਕਰਨਾ ਅੱਗੇ ਵੀ ਕਰਨਾ ਹੈ ਨਾ ਸੋ ਮੈਂ ਇਹਨੂੰ
ਇਹ ਸੀਗਾ 10 pound 12 ounce ਕਿਲੋਗ੍ਰਾਮ ਇੱਥੇ ਲਿਖ ਦੂੰਗਾ ਮੈਂ ਹੁਣ ਮੈਂ ਕਰਦਾ ਇਹਨੂੰ ਸਿੰਗਲ ਐਕਸ਼ਨ ਦੇ ਵਿੱਚ ਜਦੋਂ ਟਰਿਗਰ ਨੂੰ ਪੂਰਾ ਪਿੱਛੇ ਲੈ ਜਾਣਾ ਇਹਨੇ ਸੋ ਇੱਥੇ ਮੈਂ ਇਹ ਸੀਗਾ 3 pound 10 ounce ਹੈ ਨਾ ਕਾਫੀ ਫਰਕ ਆ ਤਾਂਹੀਓ ਜਦੋਂ ਤੁਸੀਂ ਇਹਨੂੰ ਇੱਦਾਂ ਕਰਕੇ ਨਿਸ਼ਾਨਾ ਲਾਓਗੇ ਹੈ ਨਾ ਅਤੇ ਸੋਹਣਾ ਲੱਗਣਾ ਆ ਜਦੋਂ ਤੁਸੀਂ ਇਹਨੂੰ ਪੂਰਾ ਡਬਲ ਐਕਸ਼ਨ ਦੇ ਵਿੱਚ ਕਰੋਗੇ ਥੋੜ੍ਹਾ ਔਖਾ ਲੱਗਦਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਚਾਹੁੰਦਾ ਸੀ ਉਹ ਆ ਕਿ ਤੁਸੀਂ ਜਿਹੜਾ ਤੁਹਾਡਾ ਥੋੜ੍ਹਾ ਆ ਇਹਨੂੰ ਕਿੱਦਾਂ ਥੱਲੇ ਕਰ ਸਕਦੇ ਹਾਂ ਹੁਣ ਜੇ ਤੁਹਾਡਾ ਥੋੜ੍ਹਾ ਪੂਰਾ ਪਿੱਛੇ ਆ ਅਗੇਨ ਗਨ ਹਜੇ ਕਲੀਅਰ ਆ ਤੁਹਾਨੂੰ ਟਰਿਗਰ ਖਿੱਚਣਾ ਪੈਣਾ ਤੁਸੀਂ ਜੋ ਮਰਜ਼ੀ ਕਰ ਲਓ ਹੈ ਨਾ ਸੋ ਦੋ ਤਰੀਕੇ ਆ ਜੇ ਤੁਹਾਡਾ ਰਿਵੋਲਵਰ ਖਾਲੀ ਆ ਹੈ ਨਾ ਤੁਹਾਨੂੰ ਪਤਾ ਹੈ ਕਿ ਖਾਲੀ ਆ ਤੁਸੀਂ ਦੇਖਿਆ ਆ ਹੈ ਨਾ ਤੁਹਾਨੂੰ 100% ਗਰੰਟੀ ਆ ਕਿ ਇਹ ਖਾਲੀ ਆ ਤੁਸੀਂ ਇਹਦੇ ਉੱਪਰ ਆਪਣਾ ਅੰਗੂਠਾ ਰੱਖ ਸਕਦੇ ਹਾਂ ਤੁਹਾਨੂੰ ਟਰਿਗਰ ਖਿੱਚਣਾ ਪਊਗਾ ਅਤੇ ਤੁਸੀਂ ਹੌਲੀ ਜਿਹੀ ਇਹਨੂੰ ਥੱਲੇ ਕਰ ਦੇਣਾ ਹੈ ਨਾ ਜੇ ਤੁਹਾਨੂੰ ਪਤਾ ਕਿ ਇਹਦੇ ਵਿੱਚ ਗੋਲੀਆਂ ਆ ਤੁਹਾਨੂੰ ਇੱਕ ਸਟੈਪ ਹੋਰ ਕਰਨਾ ਚਾਹੀਦਾ ਉਹ ਆ ਕਿ ਆਪਣੀ ਇੱਕ ਉਂਗਲ ਇਹਦੇ ਵਿੱਚ ਰੱਖੋ ਤੁਸੀਂ ਹੈ ਨਾ ਸੋ ਜਦੋਂ ਤੁਸੀਂ ਟਰਿਗਰ ਖਿੱਚਿਆ ਅਤੇ ਆਹ ਚੀਜ਼ ਨੇ ਡਿੱਗਣ ਦਾ ਕੋਈ ਚਾਂਸ ਨਹੀਂ ਹੋਗਾ ਸੋ ਤੁਸੀਂ ਹੌਲੀ 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 ਇਹਨੂੰ ਅੱਗੇ ਲੈ ਗਏ ਅਤੇ ਤੁਸੀਂ ਸੇਫ ਹੋ ਜਿਵੇਂ ਮੈਂ ਤੁਹਾਨੂੰ ਦੱਸਣ ਡਿਆ ਸੀਗਾ ਕਿ ਤੁਸੀਂ ਹੱਥ ਅੱਗੇ ਨਹੀਂ ਕਰ ਸਕਦੇ ਨਾ ਇੱਥੋਂ ਧੂੰਆਂ ਬਹੁਤ ਨਿਕਲਦਾ ਗੈਸ ਬਹੁਤ ਨਿਕਲਦੀ ਆ ਸੱਟ ਲੱਗ ਸਕਦੀ ਆ ਸੋ ਆਹ ਰਿਵੋਲਵਰ ਇਸ ਵੇਲੇ ਕਲੀਅਰ ਆ ਅਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ ਕਿਉਂਕਿ ਇਹਨਾਂ ਨੇ ਇੱਥੇ ਰੇਲ ਦਿੱਤੀ ਆ ਨਾ ਪਿੱਛੇ ਗੋਲੀਆਂ ਚੱਲਣ ਡੀਆਂ ਇੱਥੇ ਰੇਲ ਦਿੱਤੀ ਆ ਕਾਫੀ ਤਕੜੀਆਂ ਗੋਲੀਆਂ ਚੱਲਣ ਡੀਆਂ ਰੇਲ ਦਿੱਤੀ ਆ ਕਿ ਤੁਸੀਂ ਆਪਣੀ ਲਾਈਟ ਲਾ ਸਕੋ ਪਰ ਜੇ ਤੁਸੀਂ ਇੱਦਾਂ ਹੱਥ ਅੱਗੇ ਕਰਦੇ ਆ ਤੁਹਾਡੇ ਹੱਥ 'ਤੇ ਸੱਟ ਲੱਗ ਸਕਦੀ ਹੈ ਜਦੋਂ ਤੁਸੀਂ ਗੋਲੀ ਚਲਾਉਂਦੇ ਸੋ ਜੇ ਤੁਸੀਂ ਲਾਈਟ ਵਰਤਣੀ ਆ ਤੁਹਾਨੂੰ ਔਨ ਰੱਖਣੀ ਪਊਗੀ ਹੈ ਨਾ ਫਿਰ ਤੁਹਾਨੂੰ ਔਫ ਕਰਨੀ ਪਊਗੀ ਤੁਹਾਡਾ ਹੱਥ ਇੱਥੇ ਨਹੀਂ ਰਹਿ ਸਕਦਾ ਜਿੱਦਾਂ ਤੁਸੀਂ ਟੈਕਟੀਕਲ ਵਜ੍ਹਾ ਲਈ ਤੁਸੀਂ ਰੱਖ ਸਕਦੇ ਜਿੱਦਾਂ ਨੋਰਮਲ ਪਿਸਟਲਸ ਦੇ ਉੱਤੇ ਹੁਣ ਜੋ ਤੁਸੀਂ ਅਗਲੀ ਕਲਿੱਪ ਦੇ ਵਿੱਚ ਦੇਖਣ ਲੱਗੇ ਇਹ ਤੁਸੀਂ ਘਰ ਕਦੀ ਨਹੀਂ ਕਰਨਾ ਇਹ ਮੁੰਡੇ ਦੀ ਇਹ ਜ਼ਮੀਨ ਆ ਹੈ ਨਾ 180 ਕਿੱਲੇ ਆ ਇਹਦਾ ਫਾਰਮ ਆ ਇੱਥੇ ਅਤੇ ਇਹ ਜਦੋਂ ਦਾ ਜੰਮਿਆ ਸੀ ਡਾਕਟਰ ਨੇ ਇਹਦੇ ਫਾਦਰ ਜੀ ਨਾਲ ਹੱਥ ਮਿਲਾਇਆ ਅਤੇ ਇਹਨੂੰ ਰਿਵੋਲਵਰ ਫੜਾਤਾ ਹੈ ਨਾ ਮਤਲਬ ਕਿ ਇਹ ਉਦੋਂ ਦਾ ਸ਼ੂਟਿੰਗ ਕਰਦਾ ਆਉਣ ਡਿਆ ਇਹ ਕਾਫੀ ਪ੍ਰੋਫੈਸ਼ਨਲ ਆ ਇਹਨੂੰ ਗਨ ਸੰਭਾਲਣੀ ਆਉਂਦੀ ਹੈ ਨਾ ਅਗਲੀ ਕਲਿੱਪ ਦੇ ਵਿੱਚ ਤੁਸੀਂ ਦੇਖੋਗੇ ਕਾਫੀ ਤਕੜੇ ਰਿਵੋਲਵਰ ਆ ਹੈ ਨਾ ਆਮ ਬੰਦਾ ਜੇ ਇੱਦਾਂ ਕਰੇ ਤਾਂ ਕਾਫੀ ਸੱਟ ਲੱਗ ਸਕਦੀ ਆ ਪਰ ਅਸੀਂ ਉੱਦਾਂ ਹੀ ਮਜ਼ਾਕ ਲਈ ਤੁਹਾਨੂੰ ਦਿਖਾਉਣ ਨੂੰ ਇਹ ਕੰਮ ਕਰਨ ਲੱਗੇ ਹਾਂ ਅਗੇਨ ਇੱਦਾਂ ਤੁਸੀਂ ਆਪ ਨਹੀਂ ਕਰਨਾ Thank you.